Yeah.
सत स्वरूप है गुरबाणी पढ़िए गुरबाणी पढ़िए सत गुर Yeah.
Thank you.
ਸਮੂਹ ਸੰਗਤ ਨੂੰ ਮੁਬਾਰਕਬਾਦ ਹੈ। ਇਸ ਸਮੇਂ ਦੀ ਜੋ ਹਵਾ ਚੱਲ ਰਹੀ ਹੈ ਉਸ ਵਕਤ ਸਿਰਫ ਤੇ ਸਿਰਫ ਇੱਕ ਗੁਰਬਾਣੀ ਹੈ ਜੋ ਰਸਤਾ ਦਿਖਾ ਰਹੀ ਹੈ। ਇਸ ਨੂੰ ਵਿਚਾਰਨਾ, ਇਸ ਨੂੰ ਸਮਝਣਾ, ਇਹਦੇ ਸਿਧਾਂਤਾਂ 'ਤੇ ਚੱਲਣਾ, ਇਹੀ ਸਾਡੀ ਅੱਜ ਜੋ ਅਸੀਂ ਗੁਰਪੁਰਬ ਮਨਾ ਰਹੇ ਹਾਂ ਤਾਂ ਇਹੀ ਕੁਛ ਅਸੀਂ ਲੈ ਕੇ ਜਾਣਾ ਹੈ। ਇਹਦੀ ਸੇਧ ਲੈਣੀ ਹੈ, ਹੋਈਆਂ ਭੁੱਲਾਂ ਮਾਫ਼ ਕਰਨੀਆਂ ਹੋਈਆਂ। ਆਓ ਇੱਕ ਗਲਾਸ ਸ਼ਬਦ ਦੀ ਹਾਜ਼ਰੀ ਕਰਕੇ ਸਮਾਪਤੀ ਹੈ ਸਾਰਿਆਂ ਨੇ ਕਿਰਪਾ ਕਰਨੀ। ਸਭ ਵਡਿਆਈਆਂ ਹਰ ਨਾਮ ਵਿੱਚ ਕਰੋ ਸਾਨੂੰ ਸਾਰੀਆਂ ਵਡਿਆਈਆਂ ਮਿਲੀਆਂ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਇੱਕ ਸ਼ਬਦ ਜ਼ਰੂਰ ਹੈ ਚਿੱਤ ਲਾ ਕੇ ਨਾਮ ਜਪਣਾ, ਜੇ ਇੱਕ ਸ਼ਬਦ ਹੈ ਸਾਰੇ ਕਿਰਪਾ ਕਰੋ। ਸਭ ਵਡਿਆਈਆਂ ਹਰਿ ਨਾਮ ਵਿੱਚ, ਸਭ ਵਡਿਆਈਆਂ ਹਰਿ ਨਾਮ ਵਿੱਚ, ਸਭ ਵਡਿਆਈਆਂ ਵਸਤ
Yeah.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭਾਂ ਨੇ ਕਿਤਨੀ ਜਥਾ ਨਿਸ਼ਕਾਮ ਕਿਤਨੀ ਜਥਾ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਕਮਲ ਹਰਮਿੰਦਰ ਸਿੰਘ ਜੀ ਰੋਪੜ ਵਾਲੇ ਰਹੇ ਆਪ ਸਭਾਂ ਦੇ ਦਰਗਾਹ ਪਹੁੰਚ ਕੇ ਆਪ ਸਭਾਂ ਨੂੰ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਮੈਂ ਬਹੁਤ ਚਿਰ ਪਹਿਲਾਂ ਭਾਈ ਸਾਹਿਬ ਨੂੰ ਆ ਮੇਰਾ ਛੋਟਾ ਵੀਰ ਜੋ ਤਬਲੇ ਦੀ ਸੇਵਾ ਕਰੇ ਸੋਨੂੰ ਇਹਨਾਂ ਦੇ ਘਰ ਨਾਲੀ ਦੇ ਭੋਗ ਤੇ ਸਰਵਣ ਕੀਤਾ ਸੀ। ਉਦੋਂ ਦੀ ਭਾਵਨਾ ਸੀ ਕਿ ਇਹਨਾਂ ਨੂੰ ਸਮਾਂ ਕਦੇ ਬਣੇਗਾ। ਇੱਥੇ ਗੁਰਦੁਆਰਾ ਸਾਹਿਬ ਵਿਖੇ ਗੁਲਾਮਾਂ ਦੇ ਉਹਨਾਂ ਨੂੰ ਸਮਾਂ ਬਖਸ਼ਿਆ ਬਾਹਰ ਇਹਨਾਂ ਭਾਈ ਸਾਹਿਬ ਦਾ ਧੰਨਵਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਵੱਲੋਂ ਇਹਨਾਂ ਕੇ ਸਮੇਂ ਦੇ ਨਾਲ ਸੰਗਤਾਂ ਨੂੰ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਬੇਨਤੀ ਕਰਾਂਗੇ ਆਪ ਸੰਗਤਾਂ ਦੀ ਸੇਵਾ ਕਰਦੇ ਰਹਿਣ। ਹੁਣ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਮਹਿੰਦਰ ਸਿੰਘ ਜੀ ਘੜੀ ਵਾਲੇ ਵਿਦਵਾਨ ਪੁਰਸ਼ ਨੇ ਆਪ ਸੰਗਤਾਂ ਦੇ ਦਰਮਿਆਨ ਪਹੁੰਚੇ ਨੇ। ਫਿਰ ਉਹਦਾ ਸਮਾਂ ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦੇ ਸੰਤਾਂ ਮਹਾਂਪੁਰਸ਼ਾਂ ਤੋਂ ਕਥਾ ਸਰਵਣ ਕਰਨੀ ਹੈ। ਜਾਂ ਜਾਂ ਕਥਾ ਵਿਚਾਰਾ ਸਰਵਣ ਕਰਾਉਂਦੇ ਮਹਾਨ ਪਰਉਪਕਾਰ ਕੀਤਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਤਿਆਰ ਕੀਤੇ ਹਨ। ਰਾਮਸਰ ਸਾਹਿਬ ਸਰੋਵਰ ਤੋਂ ਸ਼੍ਰੀ ਅੰਮ੍ਰਿਤਸਰ ਸੱਖਣ ਵਿਖੇ ਪ੍ਰਕਾਸ਼ ਹੋਇਆ ਸਨ। ਉਹ ਮਹਾਨ ਜਿਆਦਾ ਧੰਨਵਾਦ ਰਹੇ ਹਾਂ ਬਾਬਾ ਜੀ ਆਪ ਸੰਗਤਾਂ ਨੂੰ ਕੀਰਤਨ ਕਥਾ ਦੇ ਦੁਆਰਾ ਵੀ ਜਿਆਦਾ ਨਿਹਾਲ ਕਰਨਗੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਸੰਗਤਾਂ ਨੇ ਕਥਾ ਵਿਚਾਰ ਸ਼ਰਵਣ ਕਰਨੀ ਹੈ। ਪਿਛਲੇ ਹਾਲ ਦੇ ਵਿੱਚ ਮੈਡੀਕਲ ਕੈਂਪ ਲੱਗਿਆ ਹੋਇਆ ਹੈ ਜਿਹਦੇ ਵਿੱਚ ਸਾਰੀਆਂ ਬਿਮਾਰੀਆਂ ਦੇ ਹਾਰਟ ਤੱਕ ਦੇ ਟੈਸਟ ਕੀਤੇ ਜਾ ਰਹੇ ਹਨ। ਕੁਝ ਟੈਸਟ ਨੇ ਉਹ ਫਰੀ ਹੋ ਰਹੇ ਨੇ। ਉਹਦੇ ਸੰਗਤਾਂ ਭਾਈ ਟੈਸਟ ਵਿੱਚ ਜਾ ਕਰਕੇ ਕੈਂਪ ਵਿੱਚ ਜਾ ਕੇ ਲਾਏ ਪਾ ਕਰਨ ਸੰਗਤਾਂ ਨੂੰ ਬੇਨਤੀ ਹੈ। ਬੜੀ ਇਕਾਗਰਤਾ ਦੇ ਨਾਲ ਆਪ ਸੰਗਤਾਂ ਨੇ ਕਥਾ ਵਿਚਾਰਾਂ ਸਰ ਸਮਾਂ ਬਾਬਾ ਜੀ ਦਾ ਆਪਣਾ ਹੈ ਜਿੰਨਾ ਚਿਰ ਆਪ ਚਾਹੁਣ ਉਹ ਸੰਗਤਾਂ ਨੂੰ ਕਥਾ ਦੇ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਥਨਾ ਕਥੀ ਨ ਆਵੇ ਤੋਟੇ ਕਥ ਕਥ ਕੋਟੀ ਕੋਟ ਕੋਟ ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੂੰ ਇੱਕ ਸਿਆਣਾ ਤੁਰ ਕੀ ਬਾਣੀ ਆਈ ਤਿੰਨ ਸਹਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਨ ਹਰ ਨਾਨਕ ਸਾਚ ਵੇਖਣਾ ਜਹਰਾ ਜਹੂਤ ਹਰ
حاضر حضور سرب کلا سمرت سرب کلا بھرپور بانی کے بوہت نام کے جہاز چور شطر تخت مالک گرتا گتی تے وراجمان شانتی دے پونج ترتی نو تیر دین والے شبد سروپ جگو جگ اٹل تن 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 سری گرو گرنتھ صاحب جی مہاراج اچارن کرو تن سری گرو گرنتھ صاحب جی مہاراج سہد رہی پاون پوتر نکی پیاری گود اندر موجودہ پرتک ستگرو شبد سروپ ستگرا دے پرکاش گرپرب منودیا ہویا اس استان دیاں علاقے دیاں سنگتاں اکتر ہو رہے گرو سروپ گرو خالصہ ساتھ سنگت جی سب تو پہلا اس گرپرب دی آپ سنگتاں نو لکھ لکھ بدھائی ہوئے دوسرا اتہاس دی گرمت دی گربانی دی کوئی وچار رم کرن تو پہلا ستگرہ دی بخشش ہوئی مہان گر فتح اپنی رسنا تے لے کے آئیے کوئی رسنا خالی نہ رہے شبد بھاونا پیار ستکار وچ بھج کے دوویں ہاتھ جوڑ کے سیس چکاؤدیا آخو واہی گرو جی کا خالصا واہی گرو جی کی فتح جس گرپرو دے پرتھائے آپ اکٹھے ہوئے ہیں جڑ رہے ہیں سب تو بڑی خوشی دی ایک گل ہے بھی سانو گیان سروپ ستگرو پراپت ہوئے نے گیان تو پاو ہے بھی گرو دا اصل جڑا پہلا کرم ہوندا ہے پہلی بخشش ہوندی ہے وہ گیان ہی ہوندی ہے ستگرو مکتی داتا ہے دنیا دیا داتا بھی برتاؤن والا ہے چوڑیاں پرن والا ہے بہت کچھ گرو دے گھر وچ سانچے صاحب کیا نہیں کرتے رہے سب کچھ ہے پر سب تو جڑی وڈی رحمت ستگرو کرتے نے وہ ہے گیان دی دات اور گیان بھی کتاباں دا نہیں یہ تے کوئی بھی لے سکتا ہے دنیا دے اندر انیکاں سکول کالج وشو ودیالے چل رہے ہیں نت نمی ریسرچ بھی سامنے لے کے آ رہے تھے پر جڑا گیان ستگرو نے دینا ہے یہ دنیا والے کول نہیں ہوتا فرق کی ہے یہ گیان ملتا ہے سانو دنیا بارے جڑا کالج سکولاں یونیورسٹیاں دے وچوں ملتا نا یہ گیان دنیا بارے ملتا ہے اج دا منک دنیا بارے بہت کچھ جانتا ہے ریسرچ تو ہو رہی ہے اگے تو اگے چل رہی ہے یہ اس دھرتی تو ہٹ کے دوجے گرہاں تک بھی پہنچ بڑھا رہا ہے سیٹلائٹ رائی پامی کسی بھی ڈنگ کا بہت کچھ سیکھ چکی ہے دنیا بارے تے ہور بھی کچھ سیکھے گا جانے گا ایدے وچ کوئی شک نہیں دو راما نہیں یہ سلسلہ چلتا جاوے گا پر ایک گل یاد رکھنا بھی دنیا بارے بہت کچھ جان دیا ہویا بھی منوک اپنے بارے کچھ بھی نہیں جانتا آخو ستنام سنگا جانتا ارد گرد بارے جانتا قرآنی بچ کی چل رہا ہے جانتا محلے بچ پائی چارے بچ سٹریٹ بچ کی چل رہا ہے جانتا پروار بچ کی چل رہا ہے جانتا ماتا پتا دے سبھا نو پیڑا براہما نو
جان دا جیون ساتھی نو جان دا اپنے بچے نو کہو جی سوا دا مالک ہے کہو جی سوچ دا مالک ہے نہیں جان دا تے یاد رکھنا اپنے بارے ککھ نہیں جان دا اپنے آپ نو ہر جگہ آپ ہی صحیح پا لیندا ہے میں رائٹ ہے تسی گل تو اس کر کے جڑا آتم گیان ہے پرمارتھ دا گیان ہے ادھیاتم دا گیان ہے روحانی گیان ہے کہ دنیا وچوں نہیں ملدا تے نہ مل سکے گا ہاں ایک پلیکھا ضرور پہ گیا ہے او دا بھی کارن ہے جدو اسی دنیا وچ آئے سانو جو کچھ بھی ملیا تے باہروں ملیا پہلا سانس اس دنیا وچ آ کے لیا آکسیجن باہروں ملی بھوک محسوس ہوئی دودھ دیاں کچھ بوندہ برابط ہوئیاں باہروں ملیاں پاویں ماں دی چھاتی وچوں ملیاں تن تے کوئی کپڑا پہنایا گیا باہروں ملیا چلدیا چلدیا طرز زندگی یہ کہہ رہی ہے محسوس یہ کیتا جا کے یہ بھی خیال درڑ ہو گیا بھی جو بھی ملتا ہے باہروں ملتا ہے یہ پرم اتنا کو درڑ ہو گیا کتنے نہ کتنے جا کے منکھ نو یہ محسوس ہونے لگ پہ اور لگ پیا بھی شاید رب بھی باہروں ملے گا آخو ستنام جی کتنے رب والے پاس کوئی گرلا بندہ تریا اتنے بھی بھلیکے میں چڑیا باہروں ملے گا یہی کارن بنیا اج منک رب نو پہلا کدے جنگلوں وچوں ٹونڈیا کرتا سی اوہی منک اج رب نو ڈیریا وچوں ٹونڈ رہا ایتھے گل نہیں بنی دوسرے کول دوجے کول گل نہیں بنی تیسرے چوتھے پنجویں کول یہ چل رہا سلسلہ اور شوشن بھی ہو رہا سا میں بینتی یہ بھی کردے ہیں بھی دھرم دے نام تے اج جنہ شوشن ہو رہا نا پڑھے لکھے جگ وچ کمپیوٹر دے جگ وچ شاید پہلا اتنا نہیں سی اج دھرم دے نام تے اتنا وپار ہو رہا ہے شاید اتنے بڑے بزنس کاروباریاں کول بھی نہ ہوں دس بینتی کرنا ہوتا ہے ایک بندے نے آ ہری مرچ جڑی بازار چوں تہانوں 25-30 روپے کلو مل جاندی ہے نا وہ دھرم دے نام دے اتنے 100-100 روپے کی ایک مرچ بیچ گیا تے 5-5 ہزار کا کدو بیچ گیا بازار وچ کدے کسان جدو منڈی وچ لے کے آؤں گا تو کدو 5 روپے کلو نہیں وکتا تے 20 روپے تہانوں بازار وچوں مل جاتا ہے پر کسان کا 5-7 روپیے وکتا ہے پر 5-5 ہزار کا ایک کدو وکیا میرے اپنے علاقے کی کٹنا کھانے کی گل کر رہے ہیں اپنا میرا ایک ودیارتھی ہے میرے کو پڑھ کے گیا ہوں انہوں کا گراج ہے ٹرک رپیئر کا تے کہتے اتھے ایک ٹرک ڈرائیور روٹین وچ آندا سی تے ایک دن اپنی وہ وارتا دسن لگیا کہندا میرے نال آ بیتی انہاں نوں دس رہیا تے او جو ودیارتھی نے کہ مینوں دسیا کہندا بھی میں ٹرک دی قسط بھرن واسطے 5000 روپیہ اپنے گھر والے نوں پڑھا گیا بھی اگلے گڈے میں آواں گا تاریخ نیڑے آ جانی ہے تے آپ قسط بھرنی ہے نوں سنبھال لاں گے وہ دسدا کہندا جدوں گیڑا لا کے واپس آیا نا میں اپنی گھر والی نوں پچھیا ہفتے 10 دن بعد بھی وہ 5000 روپیہ مینو دے دے بھی میں قسط بھریا وا تو کہندا مینو کہندی ہے کیڑا 5000 بھلے گئی کہندا میں یاد کروایا بھی تینوں سپیشل میں قسط واسطے وکھرا سنبھال کے گیا سی کہندا اودے یاد آ گیا کہنے لگے اچھا اچھا وہ 5000 کہندی اس 5000 دا تے اپنے ڈیرے وچ بابے دی کرپا والی سبزی آئی سی تے کدو میں خرید لیا سی 5000 دا
ਤੇ ਉਹਦੀ ਸਬਜ਼ੀ ਬਣਾ ਕੇ ਖਾ ਲਈ ਅਸੀਂ ਮੈਟਰ ਬੜਾ ਸੀਰੀਅਸ ਹੈ 5000 ਦਾ ਕੱਦੂ ਤਾਂ ਵਿਕਿਆ ਜੇ ਉਹਦੇ ਧਰਮ ਦੀ ਸਟੈਂਪ ਲੱਗੀ ਨਹੀਂ ਨਹੀਂ ਸੀ ਵਿਕਣਾ ਮੁਕਤ ਸਰ ਦਾ ਇੱਕ ਸੱਜਣ ਮੈਨੂੰ ਦੱਸ ਕੇ ਗਿਆ ਇੱਕ ਡੇਰੇ ਦੇ ਵਿੱਚ 2 ਲੱਖ ਰੁਪਏ ਦਾ ਸੇਬ ਵਿਕਿਆ ਇਸ ਕਰਕੇ ਵਿਕਿਆ ਵੀ ਇਹ ਬਾਬੇ ਦੀ ਕਿਰਪਾ ਹੋ ਗਈ ਸੇਬ ਦੇ ਉੱਤੇ ਯਾਦ ਰੱਖਣਾ ਗੁਰਮੁਖੋ ਸਾਡਾ ਸ਼ੋਸ਼ਣ ਕਿੱਥੇ ਕਿੱਥੇ ਹੋ ਰਿਹਾ ਬੇਨਤੀ ਮੈਂ ਪੂਰਨ ਗੁਰੂ ਦੇ ਪ੍ਰਥਾਏ ਕਰਨ ਜਾ ਰਿਹਾ ਕਿਤੇ ਨਾ ਸੋਚੇ ਵੀ ਹੋਰ ਹੀ ਗੱਲ ਲੈ ਤੁਰਿਆ 2 ਲੱਖ ਰੁਪਏ ਦਾ ਸੇਬ ਇਸ ਕਰਕੇ ਵਿਕਿਆ ਵੀ ਇਹਦੇ ਬਾਬੇ ਦੀ ਨਜ਼ਰ ਪੈ ਗਈ ਹੈ ਆਇਆ ਤੇ ਜੰਮੂ ਕਸ਼ਮੀਰ ਤੋਂ ਹੀ ਟਰੱਕ ਭਰ ਕੇ ਸੀ ਨਾ ਹੁਣ ਬਾਹਰੋਂ ਥੋੜੋ ਕਿਤੋਂ ਆਇਆ ਬੜੀ ਹੱਦ ਉਹਦੀ ਬਾਜ਼ਾਰੋਂ ਕੀਮਤ 50 ਰੁਪਏ ਬਾਲ ਦੀ ਹੋਣੀ ਹੈ ਸੇਬ ਦੀ ਜੇ ਮਹਿੰਗਾਈ ਦੇ ਹਿਸਾਬ ਨਾਲ ਵੀ ਲਾਈ 50 ਰੁਪਏ ਵਾਲਾ ਸੇਬ 2 ਲੱਖ ਰੁਪਏ ਦਾ ਵਿਕ ਜਾਣਾ ਤੇ ਇਹਦੇ ਵਿੱਚ ਯਾਦ ਰੱਖਣਾ ਵੀ 1,99,950 ਰੁਪਏ ਕਿਹਦੀ ਜੇਬ ਵਿੱਚ ਪਏ ਨੇ ਕਿਉਂਕਿ ਧਰਮ ਦੇ ਨਾਂ ਤੇ ਸ਼ੋਸ਼ਣ ਵਪਾਰ ਹੋ ਰਿਹਾ ਇੱਕ ਬੇਨਤੀ ਕਰਕੇ ਮੈਂ ਬਿਲਕੁਲ ਵਿਸ਼ੇ ਦੇ ਉੱਤੇ ਮੁੜ ਕੇ ਆ ਜਾਣਾ ਚਲੋ ਸ਼ਹਿਰਾਂ ਵਿੱਚ ਤੇ ਨਹੀਂ ਪਿੰਡਾਂ ਵਿੱਚ ਤੇ ਅੱਜ ਵੀ ਪਸ਼ੂ ਰੱਖੇ ਜਾਂਦੇ ਨੇ ਇੱਕ ਪਸ਼ੂ ਪਾਲਕ ਜਿਹੜਾ ਕਿਸਾਨ ਹੈ ਬੜੀ ਮਿਹਨਤ ਨਾਲ ਦੁੱਧ ਤਿਆਰ ਕਰੇ ਉਹਦੀ ਗਾਂ ਦਾ ਦੁੱਧ 30 ਜਾਂ 35 ਰੁਪਏ ਲੀਟਰ ਵਿਕਦਾ ਆ ਸ਼ਹਿਰ ਤੱਕ ਆਉਂਦਿਆਂ ਥੋੜਾ ਮਹਿੰਗਾ ਹੋ ਜਾਂਦਾ ਉਹ ਗੱਲ ਵੱਖਰੀ ਹੈ 30 ਜਾਂ 35 ਰੁਪਏ ਲੀਟਰ ਇੱਕ ਬੜੀ ਮਿਹਨਤ ਨਾਲ ਦੁੱਧ ਤਿਆਰ ਕੀਤਾ ਪਸ਼ੂ ਦੀ ਸੇਵਾ ਕਰਕੇ ਉਸ ਕਿਸਾਨ ਦਾ ਵਿਕਦਾ ਪਰ ਜਿਹੜੇ ਬੰਦੇ ਨੇ ਧਰਮ ਦੀ ਸਟੈਂਪ ਲਾਈ ਨਾ ਇਹਨਾਂ ਚੀਜ਼ਾਂ ਦੇ ਉੱਤੇ ਉਹਦੀ ਗਾਂ ਦਾ ਪਿਸ਼ਾਬ ਵੀ 50 ਰੁਪਏ ਲੀਟਰ ਵਿਕ ਰਿਹਾ ਧਰਮ ਦੇ ਨਾਂ ਤੇ ਵਪਾਰ ਹੁੰਦਾ ਤਾਂ ਇਹ ਵੀ ਅਸੀਂ ਅਗਿਆਨੀ ਹਾਂ ਇਹ ਤੇ ਕੇਵਲ ਗੁਰੂ ਨਾਨਕ ਦਾ ਘਰ ਹੈ ਜਿੱਥੇ ਭੋਜਨ ਦੀ ਕੀਮਤ ਨਹੀਂ ਪੈਂਦੀ ਫਲਾਂ ਦੀ ਕੀਮਤ ਨਹੀਂ ਰੱਖੀ ਜਾਂਦੀ ਗੁਰੂ ਨਾਨਕ ਦੇ ਭੰਡਾਰਿਆਂ ਵਿੱਚੋਂ ਸੰਗਤਾਂ ਖੁੱਲਾ ਛੱਕ ਲੈ ਜਾਂਦੇ ਤੁਸੀਂ ਦੇਖਦੇ ਹੋ ਕਈ ਵਾਰੀ ਜੋੜ ਮੇਲਿਆਂ ਤੇ ਜੂਸ ਦੇ ਲੰਗਰ ਚੱਲ ਰਹੇ ਨੇ ਕਿਉਂ ਇਹ ਘਰ ਹੀ ਵੱਖਰਾ ਹੈ ਇੱਥੇ ਖੇਡ ਹੀ ਵੱਖਰੀ ਹੈ ਇੱਥੇ ਵਪਾਰ ਦੁਨੀਆਦਾਰੀ ਦਾ ਨਹੀਂ ਹਾਂ ਇੱਥੇ ਵਪਾਰ ਦੀ ਜੁਗਤੀ ਵੱਖਰੀ ਹੈ ਸਤਿਗੁਰੂ ਕਹਿੰਦੇ ਵਪਾਰ ਕਰਿਆ ਕਰ ਪਰ ਕਰਨਾ ਕਿਹੜਾ ਹੈ ਗੁਰਦੇਵ ਕਹਿ ਰਹੇ ਨੇ ਕਹਿੰਦੇ ਸੱਚ ਵਪਾਰ ਕਰੋ ਵਪਾਰੀ ਦਰਗ ਹੈ ਨਿਭ ਹੈ ਖੇਪ ਤੁਮਾਰੀ ਆ ਵਪਾਰ ਕਿਤੇ ਸੱਚ ਵਾਲਾ ਕਰ ਲਵੇ ਤੇਰੀ ਬੱਚਤ ਤੇਰੀ ਆਮਦਨ ਤੇਰਾ ਭੰਡਾਰਾ ਦਰਗਾਹ ਤੱਕ ਸੱਚ ਖੰਡ ਤੱਕ ਤੇਰੇ ਨਾਲ ਜਾਵੇਗਾ ਪੰਜਵੇਂ ਪਾਤਸ਼ਾਹ ਦੇ ਬਚਨ ਸੁਖਮਨੀ ਸਾਹਿਬ ਵਿੱਚ ਤੁਸੀਂ ਕਈ ਵਾਰੀ ਪੜ੍ਹੇ ਨੇ ਬੀਬੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵਿੱਚ ਵਿਸ਼ੇਸ਼ ਤੌਰ ਤੇ ਵੀ ਬਾਣੀ ਪੜ੍ਹਦੀਆਂ ਨੇ ਨਿਤਨੇਮੀ ਸਿੱਖ ਪੜ੍ਹਦੇ ਨੇ ਗੁਰਦੇਵ ਕਹਿੰਦੇ ਕਰਿਆ ਕਰ ਵਪਾਰ ਪਰ ਕਰਨਾ ਕਿਹੜਾ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਆ ਵਪਾਰ ਕਰਦਾ ਪਰ ਬੰਦਾ ਧਰਮ ਦਾ ਵਪਾਰ ਕਰਦਾ ਧਰਮ ਨੂੰ ਵੇਚ ਦਿੰਦਾ ਧਰਮ ਦੇ ਨਾਂ ਤੇ ਕਮਾਈਆਂ ਕਰ ਦਿੰਦਾ ਇਹ ਚੈਪਟਰ ਬਹੁਤ ਵੱਡਾ ਹੈ ਪਰ ਜਿਸ ਸਤਿਗੁਰੂ ਦਾ ਅੱਜ ਗੁਰਪੁਰਬ ਮਨਾ ਰਹੇ ਹਾਂ ਮੇਰੇ ਕਿਰਪਾਲੂ ਸਤਿਗੁਰੂ ਮਨੁੱਖ ਨੂੰ ਗਿਆਨ ਕਰਵਾਉਂਦੇ ਨੇ ਆਪਣੇ ਆਪ ਦਾ ਜਿਹਨੂੰ ਆਪਣਾ ਗਿਆਨ ਹੋਵੇ ਨਾ ਫਿਰ ਉਹ ਧੋਖਾ ਨਹੀਂ ਖਾਏਗਾ ਗਿਆਨ ਕਰਵਾਉਂਦੇ ਨੇ ਵੀ ਤੂੰ ਕੌਣ ਹੈ ਇੱਥੋਂ ਗੱਲ ਸ਼ੁਰੂ ਕਰਦੇ ਨੇ ਆਇਡੈਂਟੀ ਸ਼ਨਾਖਤ ਅੱਜ ਦੇ ਸਮੇਂ ਦੁਨੀਆ ਵਿੱਚ ਬਹੁਤ ਜ਼ਰੂਰੀ ਹੈ ਸਰਕਾਰਾਂ ਨੇ ਵੀ ਕਈ ਐਸੇ ਤਰੀਕੇ ਅਪਣਾ ਲਏ ਆਨਲਾਈਨ ਸਿਸਟਮ ਤਿਆਰ ਕਰ ਲਏ ਤੁਹਾਡੀ ਆਧਾਰ ਕਾਰਡ ਆਈਡੀ ਦੇ ਰਾਹੀਂ ਤੁਸੀਂ ਹਰ ਸਮੇਂ ਸਰਕਾਰ ਦੀ ਨਜ਼ਰ ਵਿੱਚ ਹੋ ਕਾਰਨ ਸਮੇਂ ਦੀ ਮੰਗ ਹੈ ਕ੍ਰਾਈਮ ਨੂੰ ਰੋਕਣ ਵਾਸਤੇ ਇਹ ਚੀਜ਼ਾਂ ਸਰਕਾਰਾਂ ਨੂੰ ਕਰਨੀਆਂ ਪੈ ਰਹੀਆਂ ਇਹਦਾ ਮਤਲਬ ਆਇਡੈਂਟੀ ਬਹੁਤ ਜ਼ਰੂਰੀ ਹੈ ਧਰਮ ਦੀ ਦੁਨੀਆ ਵਿੱਚ ਵੀ ਆਇਡੈਂਟੀ ਦੀ ਇੱਕ ਬਹੁਤ ਵੱਡੀ ਮਹੱਤਤਾ ਹੈ
ਪਰ ਇਹ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਇਹ ਆਇਡੈਂਟੀ ਚਾਹੀਦੀ ਹੈ ਆਪਣੇ ਪਿਆਰੇ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚਣ ਵਾਸਤੇ ਅਥਾਂ ਥਾਂ ਤੇ ਤੁਹਾਡੀ ਆਈਡੀ ਮੰਗੀ ਜਾਂਦੀ ਹੈ ਹੁਣ ਇਹੀ ਕਾਰਨ ਹੈ ਵੀ ਖਾਸ ਥਾਵਾਂ ਦੀ ਐਂਟਰੀ ਆਇਡੈਂਟੀ ਤੋਂ ਬਿਨਾਂ ਨਹੀਂ ਹੋ ਸਕਦੀ ਵਾਹਿਗੁਰੂ ਦੇ ਦਰ ਦੀ ਐਂਟਰੀ ਵੀ ਆਇਡੈਂਟੀ ਤੋਂ ਬਿਨਾਂ ਨਹੀਂ ਹੋ ਸਕਦੀ ਪਰ ਸਤਿਗੁਰੂ ਇੱਥੋਂ ਆਇਡੈਂਟੀ ਤੋਂ ਗੱਲ ਸ਼ੁਰੂ ਕਰਦੇ ਨੇ ਵੀ ਪਹਿਲਾਂ ਪਹਿਚਾਣ ਮੈਂ ਬੇਨਤੀ ਕੀਤੀ ਸੀ ਦੁਨੀਆਂ ਨੂੰ ਪਹਿਚਾਣ ਲੈਣੇ ਅਸੀਂ ਦੂਜਿਆਂ ਦਾ ਸੁਭਾਅ ਵੀ ਪਹਿਚਾਣਦੇ ਹਾਂ ਤੇ ਬੰਦਾ ਬੜਾ ਭੈੜਾ ਹੈ ਇਹ ਧੋਖੇਬਾਜ਼ ਹੈ ਤੀਸਰਾ ਠੱਗ ਹੈ ਚੌਥਾ ਬੇਈਮਾਨ ਹੈ ਪੰਜਵੇਂ ਤੇ ਕੋਈ ਹੋਰ ਛੇਵੇਂ ਤੇ ਹੋਰ ਲੈਵਲ ਲੱਗ ਰਿਹਾ ਹੈ ਪਛਾਣਦੇ ਦੂਜਿਆਂ ਨੂੰ ਦੂਜਿਆਂ ਦੇ ਸੁਭਾਅ ਨੂੰ ਪਛਾਣਦੇ ਨਹੀਂ ਪਹਿਚਾਣਦੇ ਤੇ ਆਪਣੇ ਆਪ ਨੂੰ ਪਛਾਣਦੇ ਨਹੀਂ ਆਪਣੇ ਆਪ ਨੂੰ ਸਰੀਰ ਮੰਨ ਕੇ ਜਿਉ ਰਹੇ ਹੈ ਜਿੰਨਾ ਚਿਰ ਸਰੀਰ ਮੰਨ ਕੇ ਜਿਉਵਾਂਗੇ ਨਾ ਯਾਦ ਰੱਖਣਾ ਅਸੀਂ ਸਾਧਨ ਵੀ ਸਰੀਰ ਵਾਸਤੇ ਤਿਆਰ ਕਰਾਂਗੇ ਸਾਨੂੰ ਸਰੀਰ ਦਾ ਸੁੱਖ ਹੀ ਅਹਿਮ ਸੁੱਖ ਭਾਸੇਗਾ ਮਹਿਸੂਸ ਹੋਵੇਗਾ ਫਿਰ ਸਾਡਾ ਹਰ ਕਰਮ ਸਰੀਰ ਵਾਸਤੇ ਹੋਵੇਗਾ ਹਰ ਕਰਮ ਇਹ ਹੈ ਜਿੰਨਾ ਵੀ ਖੱਪ ਰਹੇ ਹਾਂ ਨਾ ਧੰਦੇ ਧੰਧਾਰਾਂ ਵਿੱਚ ਕਾਰੋਬਾਰਾਂ ਵਿੱਚ ਬਸ ਇਹੀ ਹੈ ਵੀ ਸਰੀਰਕ ਸੁੱਖ ਚਾਹੀਦਾ ਹੈ ਪਰਿਵਾਰ ਨੂੰ ਏਸੀ ਰੂਮ ਚਾਹੀਦਾ ਹੈ ਕੋਠੀ ਚਾਹੀਦੀ ਹੈ ਕੋਈ ਆਵਾਜਾਈ ਵਾਸਤੇ ਕਾਰ ਚਾਹੀਦੀ ਹੈ ਸਰੀਰ ਦੇ ਸੁੱਖਾਂ ਵਾਸਤੇ ਹੀ ਮਨੁੱਖ ਦੀ ਦੌੜ ਹੈ ਇਹਦਾ ਵੱਡਾ ਕਾਰਨ ਇਹ ਹੈ ਇਹਨੇ ਆਪਣੇ ਆਪ ਨੂੰ ਸਰੀਰ ਹੀ ਪਹਿਚਾਣੇ ਮੈਂ ਸਰੀਰ ਹਾਂ ਸਰੀਰ ਤੋਂ ਅੱਗੇ ਇਹਨੂੰ ਗੱਲ ਸਮਝ ਨਹੀਂ ਆਈ ਇਸੇ ਕਰਕੇ ਸਰੀਰ ਦੇ ਸਾਧਨਾਂ ਵਿੱਚ ਲੱਗਿਆ ਹੋਇਆ ਹੈ ਸ਼ਾਇਦ ਇਹ ਗੱਲ ਸਾਨੂੰ ਭੁੱਲ ਗਈ ਹੈ ਵੀ ਸਰੀਰ ਵੀ ਤਾਂ ਸੁੱਖ ਮਾਣ ਸਕਦਾ ਹੈ ਜੇ ਨਾਲ ਵਾਹਿਗੁਰੂ ਦੀ ਕਿਰਪਾ ਹੋਵੇ ਉਹਦੀ ਕਿਰਪਾ ਨਾ ਹੋਵੇ ਨਾ ਸਰੀਰ ਪਦਾਰਥਾਂ ਦੇ ਵਿੱਚ ਵੀ ਦੁਖੀ ਵੇਖਿਆ ਜਾਵੇਗਾ ਸਾਰੇ ਸਾਧਨ ਹਨ ਪਰ ਬਿਮਾਰੀ ਕੋਈ ਐਸੀ ਲੱਗ ਗਈ ਪਿਆ ਤੇ ਹੌਸਪਿਟਲ ਵਿੱਚ ਏਸੀ ਕੋਠੀ ਕੀ ਕਰੇਗੀ ਹੌਸਪਿਟਲ ਦੇ ਬੈੱਡ ਤੇ ਪਿਆ ਘਰ ਦੇ ਵਿੱਚ ਭਾਵੇਂ ਜਿਹੜਾ ਬਹੁਤ ਮਹਿੰਗਾ ਫਰਨੀਚਰ ਪਿਆ ਬੈੱਡ ਲੱਗੇ ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਦੀ ਕਿਰਪਾ ਨਹੀਂ ਕੈਨੇਡਾ ਦੇ ਬ੍ਰਮਟਨ ਟਾਊਨ ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਮੇਰੇ ਵਾਖਵਰ ਸਿੰਘ ਕਿਸੇ ਪਰਿਵਾਰ ਵਿੱਚ ਗਏ ਕੀਰਤਨ ਕਥਾ ਜਲ ਪਾਣੀ ਛਕਿਆ ਪਰਿਵਾਰ ਨੇ ਵੈਲਕਮ ਕਰਨਾ ਸੀ ਆਪ ਹੀ ਬੁਲਾਇਆ ਸੀ ਇਨਵਾਈਟ ਕੀਤਾ ਸੀ ਤੇ ਬਾਅਦ ਵਿੱਚ ਉਹ ਘਰ ਦਾ ਜਿਹੜਾ ਮਾਲਕ ਸੀ ਸੱਜਣ ਉਹ ਆਪਣਾ ਘਰ ਦਿਖਾਉਣ ਲੱਗਿਆ ਇਹਦੇ ਪਿੱਛੇ ਭਾਵਨਾ ਵੀ ਹੁੰਦੀ ਹੈ ਵੀ ਚਲੋ ਸਾਰੇ ਕਮਰਿਆਂ ਵਿੱਚ ਗੁਰਮੁਖਾਂ ਦੇ ਚਰਨ ਪੈ ਜਾਣ ਖਿਆਲ ਮਾੜਾ ਨਹੀਂ ਕਹਿੰਦਾ ਵਿਖਾਉਂਦਿਆਂ ਵਿਖਾਉਂਦਿਆਂ ਇੱਕ ਬੈਡਰੂਮ ਦੇ ਵਿੱਚ ਜਦੋਂ ਅਸੀਂ ਗਏ ਉਹ ਬੜੇ ਮਾਣ ਨਾਲ ਦੱਸੇ ਕਹਿੰਦਾ ਭਾਈ ਸਾਹਿਬ ਜੀ ਆਹ ਮੇਰਾ ਬੈਡਰੂਮ ਹੈ ਆਹ ਜਿਹੜਾ ਬੈੱਡ ਹੈ ਨਾ ਇਹ ਬੜਾ ਕੀਮਤੀ ਬੈੱਡ ਹੈ ਹਜ਼ਾਰਾਂ ਡਾਲਰ ਕੀਮਤ ਦੱਸੀ ਗਈ ਜਿਵੇਂ ਹੁਣ ਇੱਥੇ ਆਪਾਂ ਕਹਿ ਲਈਏ ਵੀ 2-2.5 ਲੱਖ ਦਾ ਬੈੱਡ ਕੋਈ ਹੋਵੇ ਤੇ ਕਹਿੰਦਾ ਬੜੀ ਖੁਸ਼ੀ ਨਾਲ ਉਹਨੇ ਦੱਸਿਆ ਵੀ ਇਹ ਬੈੱਡ ਮੇਰੇ ਪੁੱਤਰ ਨੇ ਮੇਰੇ ਜਨਮ ਦਿਨ ਤੇ ਮੈਨੂੰ ਭੇਟ ਕੀਤਾ ਹੈ ਬੜੀ ਚੰਗੀ ਗੱਲ ਹੈ ਐਸੀ ਔਲਾਦ ਘਰ ਘਰ ਨਹੀਂ ਮਿਲਦੀ ਅੱਜ ਤੇ ਤੁਸੀਂ ਵੇਖ ਰਹੇ ਹੋ ਮੀਡੀਆ ਵਿੱਚ ਵੀ ਬਜ਼ੁਰਗ ਮਾਂ ਬਾਪ ਨੂੰ ਦੁਨੀਆਂ ਧੱਕੇ ਮਾਰ ਕੇ ਵੀ ਬਾਹਰ ਕੱਢ ਲਈ ਹੈ ਬਿਰਧ ਆਸ਼ਰਮ ਭਰੇ ਪਏ ਨੇ ਬਜ਼ੁਰਗਾਂ ਦੇ ਨਾਲ ਕਿਤੇ ਨਾ ਕਿਤੇ ਸੌਰੀ ਸੋਚ ਹੈ ਕਿਸੇ ਦਾ ਬੱਚਾ ਗਿਫਟ ਕਰੇ ਔਰ ਉਹ ਵੀ ਬੈੱਡ ਵਰਗੀ ਘਰ ਵਿੱਚ ਚੀਜ਼ ਵੀ ਤੂੰ ਪਿਤਾ ਜੀ ਤੁਸੀਂ ਇੱਥੇ ਰਹੋ ਆਹ ਕਮਰਾ ਤੁਹਾਡਾ ਆਹ ਬੈੱਡ ਤੁਹਾਡਾ ਖੁਸ਼ੀ ਦੀ ਗੱਲ ਸੀ ਤੇ ਇਹ ਤੇ ਗੱਲ ਚੰਗੀ ਸੀ ਕਹਿੰਦਾ ਜਿਸ ਗੁਰਮੁਖ ਨੇ ਮੈਨੂੰ ਦੱਸਿਆ ਮੈਂ ਭਾਈ ਦਲਵੀਰ ਸਿੰਘ ਸੀ ਉਹਨਾਂ ਦਾ ਨਾਂ ਉਹ ਕਹਿੰਦੇ ਵੀ ਅਸੀਂ ਬੈੱਡ ਦੇ ਨਾਲ ਉਸੇ ਰੂਮ ਵਿੱਚ ਇੱਕ ਬੜੀ ਸਿੰਪਲ ਜੀ ਦਰੀ ਪਈ ਵੇਖੀ ਉਹੀ ਦਰੀ ਜਿਹੜੀਆਂ ਸਾਡੀਆਂ ਬਜ਼ੁਰਗ ਮਾਮਾ ਕਦੇ ਹੱਥੀਂ ਬੁੜਿਆ ਕਰਦੀਆਂ ਸੀ ਇੰਡੀਅਨ ਦਰੀ ਕਹਿੰਦਾ ਮੈਂ ਪੁੱਛ ਬੈਠਿਆ ਵੀ ਘਰ ਬੜਾ ਸੋਹਣਾ ਕਮਰਾ ਬੜਾ ਸੋਹਣਾ ਹੈ ਬੈੱਡ ਤੁਹਾਡਾ ਬੜਾ ਹੀ ਸੋਹਣਾ ਹੈ ਆਹ ਦਰੀ ਤੁਸੀਂ ਕਿਉਂ ਵਿਛਾਈ ਹੈ ਮਤਲਬ ਉਹਦੇ ਕਹਿਣ ਦੇ ਮੁਤਾਬਕ ਸੀ ਕਿ ਇਹ ਕਮਰੇ ਦੀ ਜਿਹੜੀ ਸ਼ੋ ਹੈ ਦੇਖਿਆ ਉਹਨੂੰ ਖਰਾਬ ਹੀ ਕਰ ਰਹੀ ਹੈ ਇਹ ਕਿਉਂ ਵਿਛਾਈ ਹੈ
ਉਹ ਦੱਸਣ ਲੱਗਿਆ ਸੋਹਣੇ ਬੈਡ ਦਾ ਮਾਲਕ ਕਹਿੰਦਾ ਭਾਈ ਸਾਹਿਬ ਜੀ ਗੱਲ ਅਸਲ ਵਿੱਚ ਇਹ ਹੈ ਕਿ ਮੈਨੂੰ ਬੈਕ ਬੋਨ ਦੀ ਮਣਕਿਆਂ ਦੀ ਪ੍ਰੋਬਲਮ ਹੈ ਤਕਲੀਫ ਰਹਿੰਦੀ ਹੈ ਮੈਂ ਬੈਡ ਤੇ ਸੌ ਨਹੀਂ ਸਕਦਾ ਮੈਂ ਇਸੇ ਗਰੀ ਤੇ ਸੌਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁੱਖ ਦੇ ਸਾਧਨ ਬਹੁਤ ਇਕੱਠੇ ਕੀਤੇ ਜਾ ਸਕਦੇ ਨੇ ਪਰ ਸੁੱਖ ਨਹੀਂ ਮਾਣਿਆ ਜਾ ਸਕਦਾ ਜਿੰਨਾ ਚਿਰ ਮੇਰੇ ਵਾਹਿਗੁਰੂ ਦੀ ਰਹਿਮਤ ਨਾਲ ਨਾ ਹੋਵੇ ਇਸ ਗੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਸ਼ਬਦਾਂ ਰਾਹੀਂ ਸਾਨੂੰ ਸਮਝਾਉਂਦੇ ਨੇ ਕਹਿੰਦੇ ਜੇ ਸੁਖੀ ਹੋਣਾ ਨਾ ਮਾਇਆ ਪਿੱਛੇ ਨਾ ਦੌੜ ਸਾਧਨਾ ਪਿੱਛੇ ਨਾ ਦੌੜ ਆ ਤੈਨੂੰ ਰਸਤਾ ਦੱਸੀਏ ਉਹ ਰਸਤਾ ਕਿਹੜਾ ਜਾਉ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਨਹਿ ਤੇ ਸਦੀਵੀ ਤੌਰ ਤੇ ਸੁਖੀ ਹੋਣਾ ਨਾ ਵਾਹਿਗੁਰੂ ਦੀ ਸਰਨ ਤੱਕ ਲੈ ਉਹਦਾ ਓਟ ਆਸਰਾ ਤੱਕ ਲੈ ਆਖੋ ਸਤਨਾਮ ਸਰੀਰ ਕਰਕੇ ਜਿਉ ਰਹੇ ਹੈ ਸਾਡੇ ਮਨ ਨੇ ਮੰਨ ਲਿਆ ਵੀ ਅਸੀਂ ਸਰੀਰ ਹਾਂ ਤੇ ਸਾਧਨ ਵੀ ਸਾਰੇ ਸਰੀਰ ਵਾਸਤੇ ਇਕੱਠੇ ਕਰ ਰਹੇ ਹਾਂ ਸਰੀਰ ਫਿਰ ਵੀ ਸੁਖਾਂ ਵਿੱਚ ਹੁੰਦਿਆਂ ਹੋਇਆ ਸੁਖੀ ਨਹੀਂ ਹੁੰਦਾ ਜਾਂ ਕਹਿ ਲਈਏ ਵੀ ਸਰੀਰ ਸੁਖ ਵਿੱਚ ਹੋਵੇ ਵੀ ਤੇ ਮਨ ਫਿਰ ਵੀ ਦੁਖੀ ਵੇਖਿਆ ਜਾਂਦਾ ਹੈ ਇੱਕ ਨੁਕਤਾ ਹੈ ਇੱਕ ਭੇਦ ਹੈ ਸਰੀਰ ਅਤੇ ਮਨ ਦਾ ਕਹਿ ਲਈਏ ਕਈ ਵਾਰੀ ਸਰੀਰ ਬਹੁਤ ਵੱਡੇ ਸੁਖਾਂ ਵਿੱਚ ਹੁੰਦਾ ਪਰ ਮਨ ਦੁਖੀ ਹੁੰਦਾ ਹੈ ਕਈ ਵਾਰੀ ਸਰੀਰ ਬਹੁਤ ਵੱਡੇ ਦੁੱਖਾਂ ਵਿੱਚ ਹੁੰਦਾ ਉਲਟਾ ਇਸ ਤਰ੍ਹਾਂ ਪਰ ਮਨ ਉੱਥੇ ਬਹੁਤ ਸੁਖੀ ਹੁੰਦਾ ਸਰੀਰ ਆਰੇ ਦੇ ਹੇਠਾਂ ਹੈ ਕੋਈ ਸ਼ੱਕ ਨਹੀਂ ਸਰੀਰ ਨੂੰ ਆਰਾ ਕੱਟੇ ਤਕਲੀਫ ਕਿੰਨੀ ਹੋਵੇਗੀ ਥੋੜਾ ਜਿਹਾ ਅਨੁਮਾਨ ਤੇ ਆਪਾਂ ਲਾ ਹੀ ਸਕਦੇ ਹਾਂ ਪਰ ਆਰੇ ਹੇਠਾਂ ਖੜਨ ਵਾਲਾ ਦੁਖੀ ਨਹੀਂ ਹੈ ਉਹਦੀ ਜ਼ਬਾਨ ਤੇ ਚੱਲ ਰਿਹਾ ਜਪ ਜੀ ਸਾਹਿਬ ਬੰਦ ਬੰਦ ਕਟਵਾ ਰਹੇ ਨੇ ਭਾਈ ਮਨੀ ਸਿੰਘ ਇੱਕ ਥੋੜਾ ਜਿਹਾ ਚੀਰਾ ਬੀਬੀ ਉਹ ਸਰਦੀ ਕੱਟਦਿਆਂ ਕਰਦਦਾ ਆਉਂਦਾ ਤਕਲੀਫ ਹੁੰਦੀ ਹੈ ਡਾਕਟਰ ਇੰਜੈਕਟ ਕਰਦਾ ਸੂਈ ਤਕਲੀਫ ਹੁੰਦੀ ਹੈ ਪਰ ਬੰਦ ਬੰਦ ਕਹਿ ਕੇ ਕਟਵਾਉਣਾ ਤੁਸੀਂ ਅੰਦਾਜ਼ਾ ਲਓ ਵੀ ਸਰੀਰ ਦਾ ਦੁੱਖ ਕਿੱਥੇ ਹੋਵੇਗਾ ਪਰ ਇਹ ਜ਼ਰੂਰ ਵਿਚਾਰਨਾ ਵੀ ਬੰਦ ਬੰਦ ਕਟਵਾਉਣ ਵਾਲਾ ਦੁਖੀ ਨਹੀਂ ਹੈ ਉਹ ਕਿਸੇ ਉੱਚੇ ਸੁੱਖ ਵਿੱਚ ਹੈ ਇਸ ਗੱਲ ਨੂੰ ਨਵੇਂ ਪਾਤਸ਼ਾਹ ਨੇ ਆਖਿਆ ਕਹਿੰਦੇ ਜੋ ਨਰ ਇਹ ਬ੍ਰਹਮ ਗਿਆਨ ਹੈ ਜੋ ਨਰ ਦੁੱਖ ਮਹਿ ਦੁੱਖ ਨਹੀਂ ਮਨ ਹੈ ਦੁੱਖ ਦੇ ਵਿੱਚ ਮੰਨਦਾ ਹੀ ਨਹੀਂ ਮੈਂ ਦੁਖੀ ਹੈ ਵਸਤੀ ਐਸੀ ਬਣੀ ਗਈ ਹੈ ਜੋ ਨਰ ਦੁੱਖ ਮਹਿ ਦੁੱਖ ਨਹੀਂ ਮਨ ਹੈ ਸੁਖ ਸਨੇਹ ਪਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਜਿੰਨਾ ਚਿਰ ਆਪਣੇ ਆਪ ਨੂੰ ਪਹਿਚਾਣਦਾ ਨਹੀਂ ਉਹਨਾਂ ਚਿਰ ਇਹ ਸੁਖੀ ਨਹੀਂ ਹੋ ਸਕਦਾ ਜਿਸ ਦਿਨ ਪਹਿਚਾਣ ਲਿਆ ਪਰ ਪੂਰਨ ਗੁਰੂ ਨੇ ਕਿਰਪਾ ਕੀਤੀ ਸਮਝਾ ਦਿੱਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਉਹ ਪਛਾਣ ਅਗਲੀ ਗੱਲ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਗੁਰੂ ਦੀ ਮੱਤ ਅਪਣਾਉਂਦਾ ਹੈ ਗੁਰਮਤੀ ਰੰਗ ਮਾਣ ਗੁਰੂ ਦੀ ਮੱਤ ਵਿੱਚ ਆ ਜਾ ਤੇ ਕੀ ਖੇੜੇ ਬਣ ਜਾਣਗੇ ਹਿਰਦੇ ਦੇ ਵਿੱਚ ਖੁਸ਼ੀਆਂ ਚੜ ਜਾਣਗੀਆਂ ਆ ਦੁਨੀਆਂ ਦੇ ਖੁਸ਼ੀਆਂ ਖੇੜੇ ਤੇ ਥੋੜੇ ਸਮੇਂ ਵਾਸਤੇ ਹੁੰਦੇ ਨੇ ਨਾ ਜਪਜੀ ਸਾਹਿਬ ਦੀ ਇੱਕ ਪੰਗ ਦੀ ਮੈਂ ਤੁਹਾਡੇ ਨਜ਼ਰ ਕਰਨ ਲੱਗਿਆ ਸਤ ਸੁਹਾਣ ਸਦਾ ਮਨ ਚਾਉ ਚਾਉ ਤੇ ਨਵੇਂ ਘਰ ਦਾ ਵੀ ਹੁੰਦਾ ਹੈ ਕੋਠੀ ਬਣਾਈਏ ਕਿਉਂ ਨਾ ਚਾਹ ਹੋਵੇ ਬੜੀ ਹੱਦ ਸਾਲ ਦੋ ਸਾਲ ਉਹ ਤੋਂ ਬਾਅਦ ਉਹ ਚਾਉ ਫਿੱਕਾ ਪੈ ਜਾਵੇਗਾ ਨਵੀਂ ਕਾਰ ਖਰੀਦੀ ਹੈ ਚਾਉ ਹੈ ਦੋ ਚਾਰ ਮਹੀਨੇ ਵਾਸਤੇ ਬਾਅਦ ਵਿੱਚ ਉਹ ਚਾਉ ਫਿੱਕਾ ਪੈ ਜਾਂਦਾ ਵਿਆਹ ਦੀ ਬੜੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਪਰਿਵਾਰਾਂ ਨੂੰ ਕੁਛ ਦਿਨਾਂ ਵਾਸਤੇ ਚਾਹੁੰਦਾ ਕਈ ਵਾਰੀ ਤੇ ਬੜਾ ਦੁੱਖ ਜਿਹਾ ਲੱਗਦਾ ਵੀ ਨਵੇਂ ਨੂੰ ਆਈ ਦਾ ਚਾਉ ਤੇ ਬਹੁਤ ਸੀ ਘਰ ਵਿੱਚ ਪਰ ਪਤਾ ਉਦੋਂ ਲੱਗਿਆ ਵੀ ਜਦੋਂ ਕੜਛੀ ਸੱਸ ਦੇ ਬੁੱਲਾਂ ਤੇ ਰੱਖੀ ਹੈ ਉਤਰ ਗਿਆ ਚਾਉ ਸਾਰਾ ਵੱਡੇ ਵੱਡੇ ਚਾਉ
ਕੁਛ ਘੜੀਆਂ ਘੰਟਿਆਂ ਦਿਨਾਂ ਮਹੀਨਿਆਂ ਦੇ ਹੁੰਦੇ ਨੇ ਪਰ ਜਿਨ੍ਹਾਂ ਦੇ ਅੰਦਰ ਸੱਤ ਸੁਹਾਣ ਹੋਵੇ ਸੱਤ ਸੱਚ ਮੇਰਾ ਵਾਹਿਗੁਰੂ ਸੁਹਾਣ ਤੋਂ ਭਾਵ ਹੈ ਸੁਹਾਵਣਾ ਲੱਗੇ ਜਿਨ੍ਹਾਂ ਨੂੰ ਸੱਚ ਨਾਲ ਪਿਆਰ ਹੋਵੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਪਿਆਰ ਅਮੁਕ ਪਵੇ ਫਿਰ ਉਹਨਾਂ ਦੇ ਅੰਦਰ ਜਿਹੜਾ ਚਾਹੋ ਹੈ ਨਾ ਵਾਹਿਗੁਰੂ ਦੇ ਮਿਲਾਪ ਦਾ ਉਹ ਘੰਟਿਆਂ ਘੜੀਆਂ ਸਾਲਾਂ ਮਹੀਨਿਆਂ ਦਾ ਨਹੀਂ ਆਨੰਦ ਹੀ ਆਨੰਦ ਹੈ ਸੋ ਪੂਰਨ ਗੁਰੂ ਨੇ ਕਿਰਪਾ ਕਰਨੀ ਹੈ ਗਿਆਨ ਕਰਵਾਉਣਾ ਆਪਣਾ ਵਿਸ਼ਾ ਇੱਥੋਂ ਚੱਲਿਆ ਸੀ ਵੀ ਸਤਿਗੁਰੂ ਗਿਆਨ ਸਰੂਪ ਨੇ ਦੁਨੀਆਂ ਪੂਜਦੀ ਹੈ ਗੁਰੂ ਮੰਨ ਕੇ ਕਈ ਵਾਰੀ ਦੇਹ ਧਾਰਦਾ ਉਹਦੋਂ ਮੈਨੂੰ ਕੋਈ ਇਤਰਾਜ਼ ਨਹੀਂ ਇਹ ਤੇ ਕਿਰਪਾ ਸਮਝੋ ਵੀ ਜਿਹਦੀ ਪੂਰਨ ਕਿਰਪਾ ਹੋਣੀ ਨੇ ਪੂਰਨ ਗੁਰੂ ਦੇ ਚਰਨਾਂ ਵਿੱਚ ਆਉਣਾ ਹੈ ਨਹੀਂ ਤੇ ਧੱਕੇ ਹੀ ਖਾਣੇ ਨੇ ਬਾਕੀਆਂ ਨੇ ਤੇ ਦੁਨੀਆਂ ਰੱਬ ਕਰਕੇ ਪੂਜਦੀ ਹੈ ਰੁੱਖਾਂ ਨੂੰ ਰੱਬ ਸਮਝ ਕੇ ਪੂਜਦੀ ਹੈ ਕੁੱਤਿਆਂ ਬਿੱਲਿਆਂ ਨੂੰ ਆਹ ਨੌਵੀਆਂ ਦੇ ਦਿਨ ਚੱਲਦੇ ਨੇ ਬੜੀ ਸੱਪਾਂ ਦੀ ਪੂਜਾ ਹੋ ਰਹੀ ਹੈ ਤੇ ਕੁਛ ਦਿਨਾਂ ਤੱਕ ਸਰਾਧ ਤੇ ਰੱਖਣ ਚੱਲਣ ਵਾਲੇ ਹੋਣਗੇ ਮੈਨੂੰ ਤੇ ਪਤਾ ਨਹੀਂ ਉਹਦਾ ਤਰੀਕਾ ਦਾ ਮੇਰਾ ਕਿਹੜਾ ਸੰਬੰਧ ਹੈ ਕੋਈ ਤੇ ਹੁਣ ਪੂਜਾ ਹੋਣੀ ਹੈ ਪਿੱਤਰਾਂ ਦੀ ਜਿਹੜਾ ਬਾਪੂ ਮੈਂ ਫਿਰ ਕਹਿੰਦੇ ਆ ਵੀ ਬਿਰਧ ਆਸ਼ਰਮ ਵਿੱਚ ਵੀ ਚੜ੍ਹਾਈ ਕਰਿਆ ਹੋਵੇ ਤਾਂ ਉਹਦਾ ਵੀ ਸਰਾਧ ਕਰਨ ਤੁਰ ਪੈਂਦੇ ਨੇ ਜੇ ਉਹਦੇ ਕੀ ਪ੍ਰਸ਼ਾਦਾ ਛਕਾਇਆ ਚਾਹੀ ਨਹੀਂ ਛਕਾਇਆ ਉਹ ਕਿਉਂ ਕਰਦੇ ਨੇ ਪਤਾ ਜਿਹੜੇ ਬਾਪੂ ਨੂੰ ਕਦੇ ਆਪ ਖੁਸ਼ੀ ਨਾਲ ਭੋਜਨ ਨਹੀਂ ਸੀ ਛਕਾਇਆ ਉਹਦਾ ਸਰਾਧ ਕਿਉਂ ਕਰਦੇ ਨੇ ਕਦੇ ਸੋਚਿਆ ਇਸੇ ਕਰਕੇ ਕਰਦੇ ਨੇ ਕਿ ਬਾਪੂ ਮੁੜ ਕੇ ਨਾ ਆ ਜਾਵੇ ਘਰ ਵਿੱਚ ਆਖੋ ਸਕਦਾ ਵੀ ਜਿੱਥੇ ਨਾ ਠੀਕ ਹੈ ਟਿਕਿਆ ਹੈ ਮੁੜ ਕੇ ਨਾ ਹਜੇ ਕਿਤੇ ਘਰ ਵਿੱਚ ਇਹੀ ਕਾਰਨ ਨੇ ਹੋਰ ਕਿਹੜੇ ਸੱਪ ਨੂੰ ਕਿਉਂ ਪੂਜਦੇ ਨੇ ਮੱਥਾ ਤਾਂ ਬਹੁਤ ਟੇਕਦੇ ਨੇ ਵੀ ਕਈ ਬੀਬੀਆਂ ਸੇਵੀਆਂ ਬਣਾ ਕੇ ਚੜ੍ਹਾਉਂਦੀਆਂ ਹੋਣਗੀਆਂ ਇੱਥੇ ਪਿੱਛੇ ਦੋ ਚਾਰ ਬੈਠੀਆਂ ਹੋਣ ਉਹ ਮੱਥਾ ਇਹ ਨਹੀਂ ਟੇਕਦੀਆਂ ਵੀ ਉਹਨੂੰ ਰੱਬ ਮੰਨਿਆ ਹੈ ਉਹ ਮੱਥਾ ਇਸ ਕਰਕੇ ਟੇਕਦੀਆਂ ਵੀ ਬਾਬਾ ਕਿਤੇ ਦਰਸ਼ਨ ਨਾ ਦੇ ਦੇ ਕਿਤੇ ਘਰ ਨਾ ਬਣਦੀ ਪਰੇ ਪਰੇ ਫਿਰੇ ਜਾ ਇਹ ਹੈ ਸਾਡੇ ਰੱਬ ਕੁੱਤਾ ਪੂਜੋ ਬੁੱਲਾ ਪੂਜੋ ਰੱਬ ਸਮਝ ਕੇ ਰੁੱਖ ਨੂੰ ਪੂਜ ਲਵੋ ਮਨੁੱਖ ਨੂੰ ਪੂਜ ਲਵੋ ਕਿਸੇ ਪਸ਼ੂ ਨੂੰ ਪੂਜਦੇ ਰਹੋ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਰੋਟੀਆਂ ਤੁਹਾਡੀਆਂ ਕੁੱਤਾ ਕੋਈ ਮੈਨੂੰ ਥੋੜ੍ਹਾ ਇਤਰਾਜ਼ ਹੈ ਗਊ ਕੋਈ ਤੁਰੀ ਫਿਰਦੀ ਆ ਪੇੜਾ ਤੁਸੀਂ ਦਿੰਦੇ ਹੋ ਮੈਨੂੰ ਥੋੜ੍ਹਾ ਇਤਰਾਜ਼ ਹੈ ਮੇਰਾ ਕਿਹੜਾ ਨੁਕਸਾਨ ਹੋਇਆ ਕੋਈ ਹਾਂ ਪੂਜੋ ਜਿੰਨਾ ਮਰਜ਼ੀ ਕੋਈ ਪੂਜੇ ਪਰ ਸੌ ਸਾਲ ਪੂਜ ਕੇ ਵੀ ਇਹਨਾਂ ਜਾਨਵਰਾਂ ਨੇ ਕੋਈ ਉਪਦੇਸ਼ ਨਹੀਂ ਦੇ ਦੇਣਾ ਵੀ ਭਾਈ ਨਾਮ ਜਪੀ ਦਾ ਹੁੰਦਾ ਆਖੋ ਸਤਨਾਮ ਅੱਜ ਤੱਕ ਕਿਸੇ ਕੁੱਤੇ ਨੇ ਆਖਿਆ ਜਿਹਨੂੰ ਰੋਟੀਆਂ ਪਾਉਂਦੇ ਆ ਤੇ ਜਿਹਨੂੰ ਜੋਤਸ਼ੀ ਕਹਿੰਦੇ ਵੀ ਫਲਾਣੇ ਦਿਨ ਕਾਲੇ ਕੁੱਤੇ ਨੂੰ ਰੋਟੀ ਜ਼ਰੂਰ ਪਾਇਓ ਸੁਣਿਆ ਹੋਣਾ ਕਈਆਂ ਨੇ ਉਹ ਕਹਿੰਦੇ ਕਾਲੇ ਲਜਾਓ ਚਿੱਟੇ ਚਾਹੇ ਭੁੱਖ ਨਾਲ ਹੀ ਮਰ ਜਾਣ ਕੁੱਤਿਆਂ ਵਿੱਚ ਵੀ ਮਿਤਕਰਾ ਪੈਦਾ ਕਰ ਦਿੰਦਾ ਇਹ ਕਿਸੇ ਕੁੱਤੇ ਨੇ ਅੱਜ ਤੱਕ ਕਿਹਾ ਵੀ ਲੋਭ ਨਹੀਂ ਕਰੀਦਾ ਹੁੰਦਾ ਉਹ ਤੇ ਆਪ ਹੀ ਲੋਭੀ ਹੈ ਕਿਸੇ ਸੱਪ ਨੇ ਕਿਸੇ ਨੂੰ ਉਪਦੇਸ਼ ਦਿੱਤਾ ਵੀ ਬਹੁਤਾ ਗੁੱਸਾ ਨਹੀਂ ਕਰੀਦਾ ਕ੍ਰੋਧ ਨਹੀਂ ਕਰੀਦਾ ਸੱਪ ਤੇ ਆਪ ਹੀ ਕ੍ਰੋਧੀ ਹੈ ਕਹਿਣ ਦਾ ਭਾਵ ਇਹਨਾਂ ਚੀਜ਼ਾਂ ਨੂੰ ਕੋਈ ਦੁਨੀਆਂ ਕਈ ਕਈ ਜਨਮ ਵੀ ਪੂਜਦੀ ਰਹੇ ਕੋਈ ਉਪਦੇਸ਼ ਨਹੀਂ ਕਿਸੇ ਨੇ ਨਹੀਂ ਆਖਣਾ ਵੀ ਨਾਮ ਜਪਣਾ ਸਿਮਰਨ ਕਰਨਾ ਬੰਦਗੀ ਕਰਨੀ ਹੈ ਪਵਿੱਤਰ ਕਿਰਤ ਕਰਨੀ ਹੈ ਕਾਮ ਕ੍ਰੋਧ ਲੋਭ ਹੰਕਾਰ ਛੱਡ ਦੇਣੇ ਚਾਹੀਦੇ ਨੇ ਸ਼ਬਦ ਸਪਰਸ਼ ਰੂਪ ਰਸਗੰਧ ਤੋਂ ਵਿਜਾ ਕਰਨਾ ਚਾਹੀਦਾ ਕਦੇ ਕਿਸੇ ਨੇ ਨਹੀਂ ਆਖਣਾ ਜੇ ਇਹ ਗੱਲ ਆਖਣਗੇ ਤੇ ਕਲਯੁਗ ਦੇ ਮੋਹਿਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ ਨਾ ਅੱਖਰ ਅੱਖਰ ਵਿੱਚ ਇੱਕ ਓਅੰਕਾਰ ਤੋਂ ਲੈ ਕੇ ਅਠਾਰਾਂ ਦਾ ਸਪੀਸ਼ ਤੱਕ ਇੱਕ ਵੀ ਅੱਖਰ ਐਸਾ ਨਹੀਂ ਜਿਹੜਾ ਤੁਹਾਨੂੰ ਉਪਦੇਸ਼ ਨਹੀਂ ਦੇ ਰਿਹਾ ਕੁਛ ਤਾਂ ਕੁਛ ਸਮਝਾ ਨਹੀਂ ਲਿਆ ਪਰ 5,869 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਲੋ ਸ਼ਬਦਾਂ ਤੋਂ ਵੀ ਨੇੜੇ ਆ ਜਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਅੱਖਰ ਇੱਕ ਓਅੰਕਾਰ ਇੱਕ ਅੱਖਰ ਵੀ ਅੰਦਰ ਵਸ ਗਿਆ ਨਾ ਉਪਦੇਸ਼ ਸਤਿਗੁਰੂ ਕਹਿੰਦੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਇੱਕ ਅੱਖਰ ਵੀ ਵਸ ਗਿਆ ਉਹਨੇ ਵੀ ਨਿਹਾਲ ਹੋ ਜਾਣਾ ਇਹ ਉਪਦੇਸ਼ ਰਾਹੀਂ ਸਤਿਗੁਰੂ ਪਤਾ ਕਰਦੇ ਨੇ ਆਓ ਵਾਕ ਵੀ ਲੈ ਲਈਏ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਤਿਹਾਸਕ ਪੱਖ ਤੋਂ ਗੁਰਮੁਖੋ ਦੁਨੀਆ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਵੀ ਬਹੁਤ ਗ੍ਰੰਥ ਲਿਖੇ ਗਏ ਨੇ ਤੇ ਬਾਅਦ ਵਿੱਚ ਵੀ ਦੁਨੀਆ ਲਿਖ ਰਹੀ ਹੈ ਕੁਛ ਨਾ ਕੁਛ ਲਿਖੀ ਜਾ ਰਹੇ ਨੇ ਲਿਖਣ ਵਾਲੇ ਚਾਰ ਵੇਦ ਛੇ ਸ਼ਸਤਰ 18 ਪੁਰਾਣ 27 ਸਿਮਰਤੀਆਂ 52 ਉਪਨਿਸ਼ਦ ਰਾਮਾਇਣ ਮਹਾਭਾਰਤ ਚਾਰ ਕਿਤਾਬ ਕੁਰਾਨ ਅੰਜੀਲ ਜਬੂਰ ਤੌਰੇਤ ਚਾਰ ਕਿਤਾਬ ਨੇ ਪ੍ਰਮੁੱਖ ਧਾਰਮਿਕ ਗ੍ਰੰਥ ਇਸ ਤੋਂ ਇਲਾਵਾ ਬਾਅਦ ਵਿੱਚ ਕੀ ਲਿਖਿਆ ਗਿਆ ਉਹ ਤੇ ਬਹੁਤ ਵੱਡਾ ਸਿਲਸਿਲਾ ਹੈ ਇੰਨੇ ਗ੍ਰੰਥਾਂ ਦੇ ਵਿੱਚੋਂ ਗੁਰਮੁਖ ਪਿਆਰਿਓ ਮਹਾਨ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਸੀਂ ਸੋਚੋਗੇ ਆਪਣੇ ਕਰਕੇ ਜੀ ਆਪਣਾ ਸਿੱਖ ਧਰਮ ਨਾਲ ਸੰਬੰਧ ਹੋਣ ਕਰਕੇ ਕਹਿ ਰਹੇ ਵੀ ਮਹਾਨ ਨੇ ਨਹੀਂ ਕਾਰਨ ਧਿਆਨ ਦੇ ਵਿੱਚ ਮੈਂ ਕਿਸੇ ਗ੍ਰੰਥ ਨੂੰ ਨੀਵਾਂ ਨਹੀਂ ਰੁਕ ਦਿਖਾ ਰਿਹਾ ਔਰ ਮੈਂ ਸੁਣੀ ਸੁਣਾਈ ਗੱਲ ਵੀ ਨਹੀਂ ਕਹਿ ਰਿਹਾ ਕੁਰਾਨ ਮਜ਼ੀਦ ਮੇਰੀ ਆਪਣੀ ਲਾਇਬ੍ਰੇਰੀ ਵਿੱਚ ਮੌਜੂਦ ਹੈ ਹੋਰ ਪੋਥੀਆਂ ਵਾਂਗ ਸੰਭਾਲੀ ਹੋਈ ਹੈ ਬਾਈਬਲ ਮੇਰੀ ਆਪਣੀ ਲਾਇਬ੍ਰੇਰੀ ਵਿੱਚ ਹੈ ਉਹਨਾਂ ਦੀ ਸਟੱਡੀ ਜਿੰਨੀ ਕਿ ਸਤਿਗੁਰਾਂ ਨੇ ਬਖਸ਼ੀ ਹੈ ਕੀਤੀ ਹੈ ਸਾਰੇ ਗ੍ਰੰਥ ਸਤਿਕਾਰਕ ਨੇ ਆਪਣੀ ਥਾਂ ਤੇ ਪਰ ਗੁਰਮੁਖ ਪਿਆਰਿਓ ਜਿਹੜਾ ਰੂਹਾਨੀਅਤ ਦਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿਸੇ ਵੀ ਗ੍ਰੰਥ ਵਿੱਚੋਂ ਨਜ਼ਰ ਨਹੀਂ ਆਉਂਦਾ ਪਰ ਟੱਚ ਹੈਗੇ ਨੇ ਇਸ਼ਾਰੇ ਹੈਗੇ ਨੇ ਚਾਰ ਵੇਦਾਂ ਦੇ ਵਿੱਚੋਂ 84,84,000 ਪੂਰੀ ਲੱਖ ਸੋਤੀਆਂ 84,000 ਉਹਦੇ ਸਲੋਕ ਕਹਿੰਦੇ ਪਹਿਰੇ ਕਹਿੰਦੇ ਪਦ ਕਹਿੰਦੇ 84,000 ਪਦ ਕੇਵਲ ਕਰਮ ਦੀ ਗੱਲ ਕਰਦਾ ਜਿਹਨੂੰ ਕਰਮ ਕੰਡ ਕਹਿ ਦੇ ਵੀ ਆਹ ਕੰਮ ਕਰੇਗਾ ਆਹ ਫਲ ਮਿਲੇਗਾ ਇਹੀ ਕੰਮ ਚੱਲੇਗਾ 16,000 ਸਲੋਕ ਗਿਆਨ ਦੀ ਗੱਲ ਕਰਦਾ ਪਰ ਖੁਸ਼ ਗਿਆਨ ਹੈ ਆਪ ਇੱਕ ਹੁੰਦਾ ਵੀ ਹਿਰਦੇ ਨੂੰ ਸਰ ਸਮਝ ਕਰਨ ਵਾਲਾ ਗਿਆਨ ਇੱਕ ਹੁੰਦਾ ਗਿਆਨ ਤੇ ਹੈ ਪਰ ਅੰਦਰ ਸ਼ਾਂਤੀ ਨਹੀਂ ਪੈਦਾ ਕਰ ਰਿਹਾ ਗਿਆਨ ਚ ਵਾਧਾ ਹੋ ਗਿਆ ਨੌਲੇਜ ਵੱਧ ਗਈ ਪਰ ਹਿਰਦੇ ਨੂੰ ਟਿਕਾ ਨਹੀਂ ਆਇਆ ਇਹਦਾ ਮੈਂ ਪ੍ਰਮਾਣ ਇਤਿਹਾਸ ਵਿੱਚੋਂ ਦੇ ਦਿਆਂ ਉਹਨਾਂ ਦਾ ਜ਼ਿਕਰ ਅੱਜ ਕਰਨਾ ਵੀ ਬਣ ਗਿਆ 17 ਪੱਟ ਜਿਨ੍ਹਾਂ ਦੀ ਬਾਣੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਏ ਨੇ ਔਰ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖੇ ਜਾ ਰਹੇ ਸੀਗਾ ਉਸ ਵੇਲੇ ਇਹ ਪੱਟ ਪਹੁੰਚੇ ਸੀ ਅੰਮ੍ਰਿਤਸਰ ਔਰ ਇਹਨਾਂ ਦੇ ਆਉਣ ਦਾ ਕਾਰਨ ਇਹ ਬਣਿਆ ਸੀ ਵੀ ਕਾਸ਼ੀ ਵਿੱਚ ਰਹਿ ਕੇ ਇਹਨਾਂ ਨੇ ਸੰਸਕ੍ਰਿਤ ਗ੍ਰੰਥਾਂ ਦੀ ਵੇਦਾਂ ਦੀ ਵਿਦਿਆ ਬੜਾ ਡੂੰਘਾ ਅਧਿਐਨ ਕੀਤਾ ਸੀ ਅਧਿਐਨ ਕਰਕੇ ਫਿਰ ਸ਼ਾਂਤੀ ਨਾ ਆਈ ਇਹ ਗਰੁੱਪ ਇਹ ਡੈਪੂਟੇਸ਼ਨ ਇਸ ਖਿਆਲ ਨਾਲ ਕਾਸ਼ੀ ਤੋਂ ਤੁਰਿਆ ਵੀ ਅਜੇ ਗੱਲ ਨਹੀਂ ਬਣੀ ਕਿਉਂਕਿ ਗਿਆਨ ਖੁਸ਼ਕ ਸੀ ਵੀ ਕੋਈ ਪੂਰਨ ਪੁਰਖ ਐਕਸਪੀਰੀਅੰਸ ਵਾਲਾ ਬੰਦਾ ਮਿਲੇ ਜਿਹਦਾ ਆਪਣਾ ਕੋਈ ਤਜਰਬਾ ਹੋਵੇ ਭਾਵ ਕੋਈ ਪੂਰਨ ਸੰਤ ਮਿਲ ਜਾਵੇ ਉਹਦੇ ਨਾਲ ਵਿਚਾਰ ਚਰਚਾ ਉਹਦੇ ਦਰਸ਼ਨ ਕਰੀਏ ਕੋਈ ਉਹਦੇ ਕੋਲੋਂ ਗੱਲ ਮਿਲੇਗੀ ਸ਼ਾਇਦ ਸਾਡੇ ਹਿਰਦੇ ਸ਼ਾਂਤ ਹੋ ਜਾਣਗੇ ਇਸ ਖਿਆਲ ਨਾਲ ਚੱਲੇ ਸੀ ਇੱਕ ਸਾਲ ਭ੍ਰਮਣ ਕਰਦਿਆਂ ਕਰਦਿਆਂ ਅਨੇਕਾਂ ਸਾਧੂ ਸੰਤਾਂ ਨੂੰ ਮਿਲੇ ਵੀ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੀ ਕਥਾ ਸੁਣੀ ਬੜੇ ਚੰਗੇ ਕਥਾਕਾਰ ਵੀ ਵੇਖੇ ਆਖਰ ਨੂੰ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੇ ਆ ਕੇ ਦੀਦਾਰ ਕੀਤੇ ਉਹਨਾਂ ਨੇ ਇੱਕ ਸਾਲ ਦੇ ਟੂਰ ਦਾ ਭਾਰਤ ਦੇ ਟੂਰ ਦਾ ਵਰਣਨ ਕੀਤਾ ਆਪਣੇ ਸ਼ਬਦਾਂ ਵਿੱਚ ਔਰ ਮਕਸਦ ਦੱਸਿਆ ਇਸ ਯਾਤਰਾ ਦਾ ਗੁਰਬਾਣੀ ਪੜ੍ਹਨ ਵਾਲੇ ਗੁਰਮੁਖ ਵਿੱਚ ਬੈਠੇ ਨੇ ਉਹਨਾਂ ਨੂੰ ਗੱਲ ਬੜੀ ਸੌਖੀ ਸਮਝ ਆਵੇਗੀ ਭਿੱਖਾ ਭੱਟ ਜੀ ਕਹਿਣ ਲੱਗੇ ਕਹਿੰਦੇ ਰਹੇ ਉਹ ਸੰਤ ਹਾਂ ਢੋਲ ਢੋਲਦੇ ਸੀ ਪੂਰਨ ਸੰਤ ਨੂੰ ਰਹੇ ਉਹ ਸੰਤ ਹਾਂ ਢੋਲ ਸਾਧ ਬਹੁ ਤੇਰੇ ਬਿੱਠੇ ਬੜੇ ਸਾਧੂ ਸੰਤ ਵੇਖੇ ਸੰਨਿਆਸੀ ਤਪਸੀ ਹੈ ਸੰਨਿਆਸੀ ਮਤ ਵਾਲੇ ਵੇਖੇ ਵੱਡੇ ਵੱਡੇ ਤਪਸਵੀ ਵੇਖੇ ਅਨੇਕਾਂ ਮਤਾਂ ਵਾਲੇ ਵੇਖੇ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਨੇ ਸਰਾਗ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਤਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ
श्री भगवान के पाए कृपा हो एक रति बिन एक रति के रति प्रेम तो बिना रति के मत सी बने देखा पटनी कह लगे रहे हो संत हा टोल साध बह तेरे डिठे सन्यासी तपसी है मुखो यह पंडित मिठे बड़ी मिठी कथा करते सी मिठा बोलते सी कहते मुख हो के पंडित मिठे बरस एक हो फिरियो एक साल हो गया चलिया बरस एक हो फिरियो किने नह परचो नायो सुनिया बहुतिया नु दर्शन बहुतिया ने कीते पर मन भतीजिया नहीं मन परचिया नहीं किसी ने गल बनी रही कारण की रहा कहतिया कहती सुनी कहण वालिया दी कथा बड़ी सुनी रहत जदो रहत वेखी करैक्टर वेखिया जीवन वेखिया लाइफ स्टाइल वेखिया स्टेट दीआं गल्लां होर सी परिवारक गल्लां होर सी इहनूं याद आई इक हासरस दी गल एक कथाकार कथा कर रहा सी ते किते देव ने तो उहदी पत्नी आ के सुण लग पई माफ करना प्रचार कहते परिवार कहते प्रचार नहीं छेती सुनिया करते वो भागा वाले हो गए प्रचारक जिन्हां दे परिवार भी कदे गुरु घर का प्रचार सुनते हो गए नहीं तो आम तौर पर अमर उपदेश अपने तरह वाली गल चल रही है सारे अमली में कहना पर ज्यादातर हो रहा तो बीबी ने बेचारी ने कदे भुल भुलेखे सुन ली कथा कथा दे विच किते वो जिहड़ा विद्वान सी ना वो सेहत दे उत्ते बोल रहा सी की खाना की नहीं खाना चाहिदा ਤੇ ਉਹ ਦੱਸਦਿਆਂ ਦੱਸਦਿਆਂ ਕਹਿੰਦਾ ਵੀ ਗਰਮੀਆਂ ਵਿੱਚ ਬਤਾਉ ਨਹੀਂ ਖਾਣੇ ਚਾਹੀਦੇ ਇਹਨਾਂ ਦੀ ਤਾਸੀਰ ਬੜੀ ਗਰਮ ਹੁੰਦੀ ਹੈ ਸਿਹਤ ਵਾਸਤੇ ਚੰਗੇ ਨਹੀਂ ਹੁੰਦੇ ਤੇ ਉਹ ਬੀਬੀ ਨੇ ਨੋਟ ਕਰ ਲਿਆ ਵੀ ਬਤਾਉ ਨਹੀਂ ਖਾਣੇ ਚਾਹੀਦੇ ਗਰਮੀਆਂ 'ਚ ਤੇ ਉਹ ਕਥਾ ਕਰਕੇ ਜਦੋਂ ਆਇਆ ਨਾ ਸ਼ਾਮ ਤੱਕ ਘਰ ਪਹੁੰਚਿਆ ਕਹਿੰਦਾ ਆ ਕੇ ਇੱਕ ਪ੍ਰਸ਼ਾਦਾ ਛਕਣਾ ਸੀ ਕਹਿੰਦਾ ਲਿਆ ਭਾਗਵਾਨ ਨੇ ਪ੍ਰਸ਼ਾਦਾ ਛਕੀਏ ਕਹਿੰਦੀ ਅੱਜ ਤੇ ਮੈਂ ਪ੍ਰਸ਼ਾਦੇ ਤਾਂ ਬਣਾਏ ਨੇ ਪਰ ਸਬਜ਼ੀ ਕੋਈ ਨਹੀਂ ਬਣਾਈ ਕਹਿੰਦਾ ਕਿਉਂ ਨਹੀਂ ਬਣਾਈ ਕਹਿੰਦੀ ਸਬਜ਼ੀ ਹੈ ਹੀ ਨਹੀਂ ਸੀ ਘਰ ਵਿੱਚ ਕੋਈ ਤੇ ਕਹਿੰਦਾ ਜਿਹੜੇ ਮੈਂ ਕੱਲ ਸ਼ਾਮ ਨੂੰ ਬਤਾਉਣ ਲੈ ਕੇ ਆਇਆ ਸੀ ਨੱਥਾ ਸਿਉਂ ਦੇ ਘਰ ਕੋਈ ਉਹ ਬਤਾਉ ਪਏ ਸੀ ਉਹ ਬਣਾ ਲੈਣੇ ਸੀ ਕਿਸੇ ਤੇ ਕਹਿੰਦੀ ਜੀ ਤੁਸੀਂ ਅੱਜ ਸਵੇਰੇ ਕਥਾ ਵਿੱਚ ਕਿਹਾ ਸੀ ਵੀ ਬਤਾਉ ਸਿਹਤ ਵਾਸਤੇ ਚੰਗੇ ਨਹੀਂ ਹੁੰਦੇ ਖਰਾਬ ਕਰਦੇ ਨੇ ਮੈਂ ਤਾਂ ਸੁੱਟ ਦਿੱਤੇ ਬਤਾਉ ਕਹਿੰਦਾ ਕਮਲੀਏ ਇਹ ਕਥਾ ਘਰ ਵਾਸਤੇ ਨਹੀਂ ਸੀ ਲੋਕਾਂ ਵਾਸਤੇ ਸੀ ਜੇ ਏਦਾਂ ਬਤਾਉ ਸੁੱਟਣ ਲੱਗੇ ਨਾ ਫਿਰ ਆਪਾਂ ਚੱਲ ਹੋ ਗਿਆ ਕੰਮ ਜਾ ਕਈ ਵਾਰੀ ਦੂਜਿਆਂ ਵਾਸਤੇ ਗੱਲਾਂ ਹੁੰਦੀਆਂ ਨੇ ਅਮਲ ਵਿੱਚ ਨਹੀਂ ਹੁੰਦੀਆਂ ਭਿੱਖਾ ਭੱਟ ਜੀ ਕਹਿੰਦੇ ਵੀ ਜਿਹਨਾਂ ਨੂੰ ਸੁਣਿਆ ਨਾ ਉਹ ਸਟੇਜ ਤੇ ਕਹਿੰਦੇ ਸੀ ਬਤਾਉ ਨਾ ਖਾਓ ਪਰ ਘਰ ਖਾਂਦੇ ਸੀ ਭਾਵ ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਜਦੋਂ ਰਹਿਤ ਵੇਖੀ ਕਹਿਣੀ ਔਰ ਕਥਨੀ ਵਿੱਚ ਵੱਡਾ ਫਾਸਲਾ ਸੀ ਗੱਲਾਂ ਹੋਰ ਕਰਦੇ ਸੀ ਅਮਲ ਹੋਰ ਸਨ ਤੇ ਅੱਗੇ ਕੀ ਆਖਦੇ ਨੇ ਹਰ ਨਾਮ ਛੋੜ ਦੂਜੇ ਲੱਗੇ ਉਹ ਰੱਬ ਦੀ ਗੱਲ ਛੱਡ ਕੇ ਨਾਮ ਦੀ ਗੱਲ ਛੱਡ ਕੇ ਦੂਜੇ ਭਾਵ ਮਾਇਆ ਵਿੱਚ ਲੱਗੇ ਪਏ ਸੀ ਕਹਿੰਦੇ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਕੋਲ ਹਾਂ ਕਿਆ ਕਹਾਂ ਉਹਨਾਂ ਦੀ ਗੱਲ ਪਾਤਸ਼ਾਹ ਕਰਾਂ ਤੇ ਕੀ ਕਰਾਂ ਜੀਏ ਨਹੀਂ ਕਰਦਾ ਦਿਲੇ ਨਹੀਂ ਕਰਦਾ ਉਹਨਾਂ ਦੀ ਗੱਲ ਕਰਨ ਨੂੰ ਕਹਿੰਦੇ ਹਰ ਨਾਮ ਛੋੜ ਦੂਜੈ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ ਗੁਰ ਦਈਏ ਮਲਾਇਓ ਭਿਖਿਆ ਮਹਾਰਾਜ ਆਪ ਦੇ ਦਰਸ਼ਨ ਹੋ ਗਏ ਨੇ ਤੁਹਾਡੇ ਨਾਲ ਮਿਲਾਪ ਹੋ ਗਿਆ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿ ਰਹੇ ਨੇ ਗੁਰ ਦਈਏ ਮਲਾਇਓ ਭਿਖਿਆ ਜਿਬ ਤੂੰ ਰੱਖੈ ਤਿਬ ਰਹਾਂ ਜਿਵੇਂ ਰੱਖੋਗੇ ਉਦਾਂ ਹੀ ਰਹਾਂਗੇ ਤੁਹਾਡੇ ਚਰਨਾਂ ਵਿੱਚ ਆਪਣੀ ਮਰਜ਼ੀ ਖਤਮ ਆਪਣੇ ਵਿਚਾਰ ਖਤਮ ਆਪਣੀ ਸੋਚ ਖਤਮ ਆਪਣੀ ਮਤ ਖਤਮ ਹੁਣ ਤੁਹਾਡੀ ਮਤ ਅਨੁਸਾਰ ਚੱਲਾਂਗੇ ਫਿਰ ਪਾਤਸ਼ਾਹ ਜੀ ਆਖੋ ਸਤਨਾਮ ਸਿਮਰਨ ਐਵੇਂ ਨੀ ਭੱਟਾ ਨੇ ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਐਸੇ ਪੁਰਖ ਆਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜਿਨ੍ਹਾਂ ਦੇ ਅਨੁਭਵ ਦਰਜ ਹੋਏ ਨੇ ਗੁਰਮੁਖ ਪਿਆਰੇ ਮੈਂ ਬੇਨਤੀ ਕਰ ਰਿਹਾ ਸੀ ਵੀ ਇੱਕ ਗ੍ਰੰਥ ਉਹ ਨੇ ਗਿਆਨ ਤੇ ਦਿੰਦੇ ਨੇ ਪਰ ਤਰੌਤੀ ਨਹੀਂ ਦਿੰਦੇ ਪੜ੍ਹ ਲਿਆ ਸੀ ਭਿੱਖਾ ਭੱਟ ਦੀ ਉਹਨਾਂ ਨੇ ਉਹ ਗਿਆਨ
ਸ਼ਾਂਤੀ ਨਹੀਂ ਸੀ ਆਈ। ਇਸੇ ਤਰ੍ਹਾਂ ਕੁਰਾਨ ਹਦੀਸ ਕੁਰਾਨ ਮਜ਼ੀਦ ਦੋ ਕੁਰਾਨਾਂ ਨੇ ਸ਼ਾਇਦ ਕਈਆਂ ਨੂੰ ਅੱਜ ਪਹਿਲੀ ਵਾਰੀ ਪਤਾ ਲੱਗੇਗਾ। ਕੁਰਾਨ ਹਦੀਸ ਇਤਿਹਾਸਕ ਪੱਖ ਨੂੰ ਜ਼ਿਆਦਾ ਉਜਾਗਰ ਕਰਦੀ ਹੈ ਤੇ ਕੁਰਾਨ ਮਜ਼ੀਦ ਰਹਿਤ ਮਰਜ਼ਾਦਾ ਨੂੰ ਜਿਹਨੂੰ ਸਰਾ ਕਿਹਾ ਜਾਂਦਾ ਉਹਨੂੰ ਪ੍ਰਗਟ ਕਰਦੀ ਹੈ। ਪਰ ਜੇ ਅਨੁਭਵ ਦੀਆਂ ਗੱਲਾਂ ਲਈਏ ਗੁਰਮੁਖੋਂ ਮੈਂ ਕਿਸੇ ਧਰਮ ਨੂੰ ਨੀਵਾਂ ਨਹੀਂ ਕਰਦਾ। ਬੜੀ ਵਿਚਾਰੀ ਬੜੀ ਵਾਰੀ ਕਈ ਮੁਸਲਮਾਨ ਵੀਰਾਂ ਨਾਲ ਵਿਚਾਰਾਂ ਵੀ ਹੋ ਜਾਂਦੀਆਂ ਨੇ। ਕਿਤੇ ਨਾ ਕਿਤੇ ਅਨੁਭਵ ਜਾਗਿਆ ਭਗਤ ਫਰੀਦ ਜੀ ਦਾ, ਉਹਨਾਂ ਨੂੰ ਫਿਰ ਆਪਣੇ ਸ਼ਬਦ ਦੁਨੀਆਂ ਦੇ ਸਾਹਮਣੇ ਰੱਖਣੇ ਪਏ ਵੀ ਅਸਲ ਗੱਲ ਆ ਜੇ ਨਾਮ ਕੀ ਹੈ, ਸਿਮਰਨ ਕੀ ਹੈ, ਅਨੁਭਵ ਕੀ ਦੇ ਨਾ ਤੇ ਰੱਬ ਦੇ ਨਜ਼ਦੀਕ ਕਿਵੇਂ ਪਹੁੰਚਣਾ, ਇਹ ਫਰੀਦ ਜੀ ਨੂੰ ਕਹਿਣਾ ਪੈ ਗਿਆ। ਕਿਤੇ ਨਾ ਕਿਤੇ ਉਧਰੋਂ ਗੱਲ ਨਾ ਮਿਲੀ, ਅਨੁਭਵ ਵਿੱਚ ਆ ਗਈ, ਦੁਨੀਆਂ ਦੇ ਸਾਹਮਣੇ ਰੱਖ ਦਿੱਤੀ। ਬਾਈਬਲ ਬੜਾ ਚੰਗਾ ਗ੍ਰੰਥ ਹੈ ਪਰ ਹਿਸਟਰੀ ਦਾ ਜ਼ਿਆਦਾਤਰ ਹਿਸਟਰੀ ਬਿਆਨ ਕਰਦਾ ਵੀ ਜੀਸਸ ਨੂੰ ਕਿਸ ਢੰਗ ਨਾਲ ਸਜ਼ਾ ਦਿੱਤੀ ਗਈ ਹੈ, ਕਿਵੇਂ ਸ਼ਹੀਦ ਕੀਤਾ ਗਿਆ। ਉਪਦੇਸ਼ ਵੀ ਰੱਖੇ ਨੇ ਪਰ ਜੇ ਕਹੀਏ ਨਾਮ ਸਿਮਰਨ ਉਹ ਪਾਸਾ ਅਧੂਰਾ ਜਿਹਾ ਜਾਪਦਾ ਹੈ। ਹਾਂ ਇੱਕ ਤਰ੍ਹਾਂ ਤੁਹਾਨੂੰ ਮੈਂ ਸਜਦਾ ਇਸ ਕਰਕੇ ਕਰਦਾ ਉਹ ਹੈ ਗੁਰਮੁਖ ਪਿਆਰਿਓ ਭਗਵਤ ਗੀਤਾ ਜਿਹੜੀ ਅਰਜਨ ਨੂੰ ਉਪਦੇਸ਼ ਦਿੰਦਿਆਂ ਕ੍ਰਿਸ਼ਨ ਜੀ ਦੇ ਉਚਾਰਨ ਕੀਤੀ ਹੈ। ਉਹਦੇ ਵਿੱਚ ਬੜਾ ਗੂੜ ਗਿਆਨ ਹੈ ਪਰ ਕਿਤੇ ਨਾ ਕਿਤੇ ਉੱਥੇ ਇੱਕ ਗੱਲ ਝਲਕਦੀ ਹੈ ਜਦੋਂ ਕ੍ਰਿਸ਼ਨ ਜੀ ਕਹਿ ਦਿੰਦੇ ਨੇ ਕਿ ਅਰਜਨ ਜਦੋਂ ਜਦੋਂ ਮੇਰੇ ਭਗਤਾਂ ਤੇ ਪਿਆਰਿਆਂ ਤੇ ਭੀੜ ਪੈਂਦੀ ਹੈ ਮੈਂ ਦੁਨੀਆਂ ਵਿੱਚ ਅਵਤਾਰ ਧਾਰਦਾ। ਇਹਨਾਂ ਨੂੰ ਪੜ੍ਹਿਆ ਸੁਣਿਆ ਨੂੰ ਪਤਾ ਹੋਵੇਗਾ ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਸੇ ਹੀ ਜਾਮਿਆਂ ਵਿੱਚ ਇਹ ਨਹੀਂ ਕਹਿੰਦੇ ਵੀ ਮੈਂ ਆਪਣੇ ਭਗਤਾਂ ਨੂੰ ਤਾਰਨ ਆਇਆ ਜਾਂ ਮੈਂ ਕੁਛ ਹਾਂ ਮੇਰੇ ਕਰਕੇ ਇਹ ਹੈ। ਇਹ ਗੱਲ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਹੀਂ ਹੋਈ ਬਲਕਿ ਪੰਜਵੇਂ ਪਾਤਸ਼ਾਹ ਸਮਾਪਤੀ ਤੇ ਇਹ ਗੱਲ ਕਹਿੰਦੇ ਨੇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ। ਵਾਹਿਗੁਰੂ ਤੋਂ ਤਰਸਮਾਨ ਹੋਇਆ, ਮਿਹਰਬਾਨ ਹੋਇਆ ਮੇਰੇ ਤੇ, ਮੇਰੇ ਵਿੱਚ ਕੋਈ ਵੀ ਐਸਾ ਗੁਣ ਨਹੀਂ ਮੈਂ ਚੰਗਾ ਕਰਮ ਕਰ ਸਕਾਂ ਭਲਾ ਕਰ ਸਕਾਂ। ਇਹ ਨਿਮਰਤਾ ਜੇ ਮਿਲੇਗੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ ਮਿਲੇਗੀ। ਪਿਆਰ ਜੇ ਝਲਕੇਗਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ ਝਲਕੇ, ਮੈਂ ਦੂਜਿਆਂ ਦੀਆਂ ਗੱਲਾਂ ਹੁਣ ਵੱਧ ਨਾ ਕਰਾਂ, ਮੈਂ ਨੇੜੇ ਆਵਾਂ, ਸਮਾਂ ਆਪਣੀ ਚਾਲ ਚੱਲਦਾ। ਸਾਰੇ ਗ੍ਰੰਥ ਸਤਿਕਾਰ ਯੋਗ ਨੇ। ਪਹਿਲੀ ਵਿਲੱਖਣਤਾ ਗੁਰੂ ਗ੍ਰੰਥ ਸਾਹਿਬ ਦੀ ਇਹ ਹੈ ਵੀ ਬਾਕੀ ਜਿਹੜੇ ਗ੍ਰੰਥ ਮੈਂ ਗਿਣੇ ਨੇ ਨਾ, ਚਾਰ ਵੇਦ, ਛੇ ਸ਼ਸਤਰ, 27 ਸਮਰਤੀਆਂ, ਉਪਨਿਸ਼ਦ, ਰਮਾਇਣ, ਮਹਾਭਾਰਤ, ਗੀਤਾ, ਕੁਰਾਨ, ਅੰਜੀਲ, ਜਬੂਰ, ਤੌਰੇਤ, ਧੰਨ ਪਦ ਗ੍ਰੰਥ ਹੈ ਬੁੱਧ ਧਰਮ ਦਾ, ਇਹ ਪੁਰਾਤਨ ਪ੍ਰਮੁੱਖ ਗ੍ਰੰਥ। ਕੋਈ ਵੀ ਗ੍ਰੰਥ ਦੇ ਵਿੱਚ ਗੁਰਮੁਖ ਪਿਆਰਿਓ ਰਾਗ ਨੂੰ ਸਥਾਨ ਨਹੀਂ ਮਿਲਿਆ, ਇਹ ਗੱਲ ਤੁਸੀਂ ਕਈ ਵਾਰੀ ਸੁਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਹਿਲੇ ਗ੍ਰੰਥ ਨੇ ਦੁਨੀਆਂ ਦੇ ਜਿਹਨਾਂ ਦੀ ਲਿਖਤ ਦੇ ਵਿੱਚ ਰਾਗ ਨੂੰ, ਸੰਗੀਤ ਨੂੰ ਕੋਈ ਸਥਾਨ ਮਿਲਿਆ। ਕੇਵਲ ਸਥਾਨ ਨਹੀਂ ਮਿਲਿਆ, ਵਡਿਆਈ ਵੀ ਮਿਲੀ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਹਰੇ ਪਿਆਰ, ਸੋਰਠ ਸੋਰਸ ਪੀ ਦੀ ਹੈ ਕਬ ਹੋਣਾ ਫੀਖਾ ਹੋਏ, ਧਨਾਸਰੀ ਧਨਵੰਤੀ ਜਾਣੀ ਹੈ ਭਾਈ। ਹਰ ਰਾਗ ਦੀ ਵਡਿਆਈ ਇਹ ਕਮਾਲ ਹੈ ਮੇਰੇ ਪਕਸ਼ ਦਾ। ਚਲੋ ਇਹ ਗੱਲ ਸ਼ਾਇਦ ਸਧਾਰਨ ਲੱਗਦੀ ਹੈ, ਇੱਕ ਗੱਲ ਮੈਂ ਹੋਰ ਕਹਿਣ ਲੱਗਿਆ। ਦੁਨੀਆਂ ਦੇ ਅੰਦਰ ਤਿੰਨ ਤਰ੍ਹਾਂ ਦੀ ਲਿਪੀ ਇਜ਼ਾਦ ਹੋਈ ਹੈ ਹੁਣ ਤੱਕ। ਪਹਿਲੀ ਲਿਪੀ ਹੁੰਦੀ ਹੈ ਸੰਕੇਤਕ ਲਿਪੀ। ਜਦੋਂ ਮਨੁੱਖ ਦੇ ਜੰਗਲੀ ਮਾਹੌਲ ਵਿੱਚ ਸੀ ਨਾ, ਇਹਨੂੰ ਸੰਕੇਤਕ ਲਿਪੀ ਦੀ ਲੋੜ ਪੈ ਗਈ ਸੀ। ਇਹ ਪੱਥਰਾਂ ਤੇ ਨਿਸ਼ਾਨ ਬਣਾ ਜਾਂਦਾ ਸੀ ਮਾੜੇ ਮੋਟੇ ਆਪਣੇ ਵੀ ਰਸਤਾ ਇੱਧਰ ਜਾਂਦਾ, ਪੱਗ ਡੰਡੀਆਂ ਜੰਗਲਾਂ ਵਿੱਚ ਇੱਧਰ ਜਾਂਦੀਆਂ ਨੇ। ਤੇ ਉੱਥੋਂ ਸੰਕੇਤਕ ਲਿਪੀ ਦੀ ਸ਼ੁਰੂਆਤ ਹੋ ਗਈ ਸੀ। ਜਿਹਨਾਂ ਨੇ ਟੈਕਸਟਾਂ ਨੂੰ ਪੜ੍ਹਿਆ, ਸਿੰਧੂ ਘਾਟੀ ਦੀ ਸਭਿਅਤਾ ਪੜ੍ਹੀ ਹੈ, ਹਿਸਟਰੀ ਵਾਲੇ, ਉਹਨਾਂ ਨੂੰ ਪਤਾ ਹੈ ਇਹਨਾਂ ਗੱਲਾਂ ਦਾ। ਸੰਕੇਤਕ ਲਿਪੀ ਸਾਈਨ ਬਣਾ ਦੇਣਾ ਅੱਜ ਤੱਕ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਤਾਂ ਤੁਸੀਂ ਬਾਹਰ ਨਿਕਲਣਾ ਰੋਡ ਦੇ ਉੱਤੇ ਲੱਗੇ ਬੋਰਡ ਵੇਖੋਗੇ,
ਵੋਟ ਪੜੋਗੇ ਸੱਜੇ ਪਾਸੇ ਤੀਰ ਮਿਲੇਗਾ ਚੰਡੀਗੜ੍ਹ ਖੱਬੇ ਪਾਸੇ ਐਰੋ ਦਾ ਨਿਸ਼ਾਨ ਮਿਲੇਗਾ ਰੋਪੜ ਐਸੇ ਤਰ੍ਹਾਂ ਹਰ ਥਾਂ ਇਹ ਸਾਈਨ ਪੋਰਟ ਹੈ ਸੰਕੇਤਕ ਲਿਪੀ ਹੈ ਇਹਦੇ ਸਾਈਨ ਸਥਿਰ ਨਹੀਂ ਹੁੰਦੇ ਸਮੇਂ ਦੇ ਸਾਥ ਬਣ ਜਾਂਦੇ ਨੇ ਬਣਾ ਲਏ ਜਾਂਦੇ ਨੇ ਉਸ ਤੋਂ ਬਾਅਦ ਮਨੁੱਖ ਨੂੰ ਲੋੜ ਮਹਿਸੂਸ ਹੋਈ ਗਿਣਤੀ ਦੀ ਮੇਰੇ ਕੋਲ ਕਿੰਨੇ ਪਸ਼ੂ ਨੇ ਜੰਗਲੀ ਜੀਵਨ ਸੀ ਹਾਲੇ ਗਲੀ ਵੀ ਥੋੜ੍ਹਾ ਜਿਹਾ ਬਸਤੀਵਾਦ ਸ਼ੁਰੂ ਹੋ ਗਿਆ ਮੇਰੇ ਪਰਿਵਾਰ ਦੇ ਜੀ ਕਿਤੇ ਨੇ ਇੱਥੋਂ ਗਿਣਤੀ ਦੀ ਸ਼ੁਰੂਆਤ ਹੋਈ ਸਹਿਜੇ ਸਹਿਜੇ ਇਹਨੇ ਆਪਣੇ ਗਣਿਤਕ ਲਿਪੀ ਤਿਆਰ ਕੀਤੀ ਉਹਦੇ ਕੋਈ ਨਾ ਕੋਈ ਅੰਕ ਤਿਆਰ ਕੀਤੇ ਇਹ ਗੱਲ ਵੱਖਰੀ ਹੈ ਕਿਸੇ ਖਿੱਤੇ ਵਿੱਚ ਹੋਰ ਦੂਜੇ ਵਿੱਚ ਹੋਰ ਤੀਜੇ ਵਿੱਚ ਹੋਰ ਰੋਮਨ ਵਾਲਿਆਂ ਨੇ ਹੋਰ ਬਣਾ ਲਏ ਇੰਗਲਿਸ਼ ਵਾਲਿਆਂ ਨੇ ਆਪਣੇ ਅਲੱਗ ਬਣਾ ਲਏ ਆਪਣੇ ਗੁਰਮੁਖੀ ਦੇ ਅਲੱਗ ਨੇ ਇਹ ਗੱਲ ਵੱਖਰੀ ਹੈ ਵੀ ਕਿਹੜੇ ਇਲਾਕੇ ਵਿੱਚ ਲਿਪੀ ਆਜ਼ਾਦ ਹੋਈ ਹੈ ਉਹਦੇ ਅੰਕ ਕਿਹੋ ਜਿਹੇ ਨੇ ਡਿਸਟ ਕਿਹੋ ਜਿਹੇ ਨੇ ਤੀਸਰੀ ਅੱਖਰੀ ਲਿਪੀ ਜਿਹਨੂੰ ਤੁਸੀਂ ਅਲਫਾਬੈਟ ਇੰਗਲਿਸ਼ ਵਿੱਚ ਕਹਿੰਦੇ ਹੋ ਅੱਖਰੀ ਲਿਪੀ ਜਿਹੜੀ ਬੋਲੇ ਹੋਏ ਸ਼ਬਦਾਂ ਨੂੰ ਤੁਹਾਡੇ ਤੱਕ ਪਹੁੰਚਾ ਸਕੇ ਇਹ ਵੀ ਅਲੱਗ ਅਲੱਗ ਤਿਆਰ ਹੋ ਗਿਆ ਨੇ ਅਣਗਿਣਤ ਲਿਪੀਆਂ ਨੇ ਦੁਨੀਆਂ ਵਿੱਚ ਅੱਖਰੀਆਂ ਲਿਪੀਆਂ ਹਰ ਖਿੱਤੇ ਚ ਅਲੱਗ ਯੂਰਪ ਵਾਲਿਆਂ ਕੋਲ ਅੱਖਰ ਭਾਵੇਂ ਉਹ ਛੱਬੀ ਉਹੀ ਨੇ ਅਲਫਾਬੈਟ ਜਿਹੜੇ ABC ਤੁਸੀਂ ਕਹਿੰਦੇ ਹੋ ਪਰ ਇਟਲੀ ਵਾਲਿਆਂ ਦੇ ਨਿਸ਼ਾਨੀਆਂ ਕੁਝ ਹੋਰ ਬਣਾ ਲਈਆਂ ਕਿਸੇ ਅੱਖਰ ਤੇ ਬਿੰਦੀ ਫਰੈਂਚ ਵਾਲਿਆਂ ਨੇ ਹੋਰ ਬਣਾ ਲਈਆਂ ਕੁਛ ਨਾ ਕੁਛ ਫਰਕ ਪਾ ਲਿਆ ਚਲੋ ਉਹਨਾਂ ਦੀ ਲੋੜ ਸੀ ਮੈਂ ਮੁੜ ਕੇ ਆਵਾਂ ਤਿੰਨ ਲਿਪੀਆਂ ਫਿਰ ਯਾਦ ਕਰਵਾਵਾਂ ਸੰਕੇਤਕ ਲਿਪੀ ਗਣਿਤਕ ਲਿਪੀ ਅੱਖਰੀ ਦੁਨੀਆਂ ਦਾ ਕੋਈ ਗ੍ਰੰਥ ਪੜੋਗੇ ਜਿੰਨੇ ਵੀ ਲਿਖੇ ਗਏ ਨੇ ਅੱਖਰੀ ਲਿਪੀ ਵਿੱਚ ਲਿਖੇ ਗਏ ਨੇ ਕੇਵਲ ਦੁਨੀਆਂ ਦੇ ਪਹਿਲੇ ਗ੍ਰੰਥ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨੇ ਲਿਪੀਆਂ ਨੂੰ ਇੱਕੇ ਸਥਾਨ ਤੇ ਮੇਰੇ ਸਤਿਗੁਰਾਂ ਨੇ ਇਕੱਠੇ ਕੀਤਾ ਆ ਕਦੇ ਪਿਆਰ ਨਾਲ ਦਰਸ਼ਨ ਕਰਿਓ ਇੱਕ ਓਮਕਾਰ ਸਰੂਪ ਦੇ ਸਭ ਤੋਂ ਪਹਿਲਾਂ ਗਣਿਤਕ ਲਿਪੀ ਇਹ ਗੱਲ ਹੈ ਉਸ ਤੋਂ ਬਾਅਦ ਖੁੱਲੇ ਮੂੰਹ ਦਾ ਊੜਾ ਅੱਖਰੀ ਲਿਪੀ ਹੈ ਉਹ ਤੋਂ ਬਾਅਦ ਤੀਸਰਾ ਜਿਹੜੀ ਕਾਰ ਕਹਿੰਦੇ ਗਵਾਣੀ ਦਾ ਲਕੀਰ ਹੈ ਨਾ ਇਹ ਸੰਕੇਤਕ ਲਿਪੀ ਹੈ ਸੰਕੇਤ ਹੈ ਕੋਈ ਸਾਈਨ ਹੈ ਨਾ ਤਿੰਨ ਲਿਪੀਆਂ ਦੁਨੀਆਂ ਵਿੱਚ ਚੱਲਦੀਆਂ ਸੀ ਤੇ ਤਿੰਨੇ ਲਿਪੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੰਨਾ ਵੱਡਾ ਮਾਣ ਮਿਲਿਆ ਮੇਰੇ ਸਤਿਗੁਰਾਂ ਨੇ ਇਹ ਗ੍ਰੰਥ ਸ਼ੁਰੂ ਹੀ ਇੱਕ ਓਮਕਾਰ ਤੋਂ ਕੀਤਾ ਹੈ ਇਹ ਵੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਥੋੜੀ ਜਿਹੀ ਬੇਨਤੀ ਇਹਦੇ ਤੇ ਮੈਂ ਵੀ ਕਰਦੇ ਹਾਂ ਵੀ ਇੱਥੇ ਏਕ ਹੀ ਕਿਉਂ ਲਿਖਿਆ ਇਹਦੀ ਸਿਆਹੀ ਕੱਕਾ ਇੱਕ ਵੀ ਲਿਖਿਆ ਜਾ ਸਕਦਾ ਸੀ ਕੋਈ ਔਖਾ ਥੋੜੋ ਸੀ ਸਿਆਹੀ ਦੀ ਘਾਟ ਥੋੜੋ ਸੀ ਇਹਦੇ ਪਿੱਛੇ ਕਾਰਨ ਹੈ ਬਹੁਤ ਵੱਡਾ ਕਾਰਨ ਇਹ ਵੀ ਜਿਹੜੀ ਅੱਖਰੀ ਲਿਪੀ ਹੈ ਨਾ ਇਹਦੇ ਅੰਦਰ ਇੱਕ ਵੱਡਾ ਮਹਾਨ ਗੁਣ ਹੈ ਵੀ ਜੋ ਲਿਖਿਆ ਜਾਂਦਾ ਉਹੀ ਪੜ੍ਹੇਗਾ ਪੜ੍ਹਨ ਵਾਲਾ ਜੇ ਜਾਣਕਾਰ ਹੋਵੇ ਤਾਂ ਇਹ ਗੱਲ ਵੱਖਰੀ ਹੈ ਵੀ ਸਾਡੇ ਅੱਜ ਕੱਲ੍ਹ ਬਹੁਤੇ ਪਾਠੀ ਏਦਾਂ ਹੀ ਬਣਦੇ ਨੇ ਵੀ ਪੰਜ ਸੱਤ ਜਵਾਤਾਂ ਪਾਸ ਹੈ ਜੀ ਚਲੋ ਅਖਬਾਰ ਵਧੀਆ ਪੜ੍ਹ ਲਈਦਾ ਤੇ ਗੁਰਬਾਣੀ ਪੜ੍ਹਨਾ ਕਿਤੇ ਲੜੀਵਾਰ ਸਰੂਪ ਦੇ ਪੜ੍ਹਨਾ ਪੈ ਜਾਵੇ ਸਲੋਕ ਤੇ ਹੈ ਮੈਂ ਭੁਲਾਵਾ ਪੱਗ ਦਾ ਫਰੀਦ ਜੀ ਮੈਂ ਭੁਲਾਵਾ ਪੱਗ ਦਾ ਮੱਤ ਬੈਠੀ ਹੋ ਜਾਏ ਗੱਲ ਤੇ ਇਹ ਪੱਗ ਦੀ ਹੋਈ ਸੀ ਸਿਰ ਵਾਲੀ ਦੀ ਤੇ ਪੜ੍ਹਨ ਵਾਲਾ ਪੜ੍ਹ ਰਿਹਾ ਮੈਂ ਭੋਲਾ ਪਾਪ ਦਾ ਅੱਖਰ ਅੱਗੇ ਪਿੱਛੇ ਹੋ ਗਏ ਨਾ ਲੜੀਵਾਰ ਜਿਹਨਾਂ ਨੇ ਪੜ੍ਹਿਆ ਉਹਨਾਂ ਨੂੰ ਪਤਾ ਲੱਗ ਗਿਆ ਛੱਡ ਗਏ ਅਸੀਂ ਇਹ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਉਹ ਇੰਨੀ ਘੱਟ ਗਈ ਲੜੀਵਾਰ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਲੜੀਵਾਰ ਗੁਰਬਾਣੀ ਸਰੂਪ ਹੁੰਦਾ ਕੀ ਹੈ ਜੇ ਇਹ ਦੇਖਣਾ ਨਾ ਸ੍ਰੀ ਹਰਿਮੰਦਰ ਸਾਹਿਬ ਸਮੇਤ ਤਖ਼ਤ ਸਾਹਿਬਾਨਾਂ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਕਾਸ਼ ਹੁੰਦੇ ਨੇ ਗ੍ਰੰਥ ਅੱਜ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਸ੍ਰੀ ਹਰਿਮੰਦਰ ਸਾਹਿਬ ਵਾਲਾ ਤੇ ਜਦੋਂ ਹੁਕਮਨਾਮਾ ਹੁੰਦਾ ਕੈਮਰੇ ਰਾਹੀਂ ਵੀ ਦਰਸ਼ਨ ਕਰਵਾਏ ਜਾਂਦੇ ਨੇ ਲੜੀ ਉੱਪਰੋਂ ਜੁੜੀ ਹੋਈ ਹੈ ਪਾਠੀ ਨੇ ਆਪ ਅੱਖਰ ਉਠਾਉਣੇ ਨੇ ਵੀ ਕਿੰਨਾ ਜੋੜ ਬਣਦਾ ਸ਼ਬਦ ਕੀ ਬਣਦਾ ਇਹ ਅੱਖਰੀ ਲਿਪੀ ਦਾ ਮਹਾਨ ਗੁਣ ਹੈ ਵੀ ਜੋ ਬੋਲਿਆ ਉਹ ਲਿਖਿਆ ਜਾ ਸਕਦਾ ਹੈ ਪੜ੍ਹਨ ਵਾਲਾ ਉਹੀ ਪੜ੍ਹੇਗਾ ਪਰ ਔਗਣ ਵੀ ਬਹੁਤ ਵੱਡਾ ਮਾਫ ਕਰਿਓ ਔਗਣ ਇਹ ਹੈ ਅਰਥ ਬਦਲ ਜਾਂਦਾ ਅਰਥ ਦਾ ਭੁਲੇਖਾ ਪੈ ਸਕਦਾ ਲਿਖਣ ਵਾਲੇ ਨੇ ਲਿਖ ਦਿੱਤਾ ਪੌੜੀ ਪੜ੍ਹਨ ਵਾਲੇ ਨੇ ਪੜ੍ਹ ਲਿਆ ਪੌੜੀ
ਅਰਥ ਦਾ ਧੋਖਾ ਖਾ ਸਕਦੇ ਕਿਹੜੀ ਪੌੜੀ ਦੀ ਗੱਲ ਹੈ ਆ ਕੋਠੇ ਤੇ ਚੜਨ ਵਾਲੀ ਪੌੜੀ ਹੈ ਜਾਂ ਫਿਰ ਕਵਿਤਾ ਰੂਪੀ ਗੁਰਬਾਣੀ ਵਾਲੀ ਜਪਜੀ ਸਾਹਿਬ ਦੀ ਪੌੜੀ ਹੈ ਲੈ ਗਿਆ ਨਾ ਭੁਲੇਖਾ ਧਰਮ ਦੀ ਪੌੜੀ ਹੈ ਸੰਤ ਕਾ ਮਾਰਗ ਧਰਮ ਦੀ ਪੌੜੀ ਕਿਹੜੀ ਪੌੜੀ ਹੈ ਇਕੱਲੇ ਪੌੜੀ ਪੜਿਆ ਨਹੀਂ ਸਮਝ ਨਹੀਂ ਆਉਂਦੀ ਲੇਖਾ ਪੈ ਗਿਆ ਲਿਖਣ ਵਾਲੇ ਨੇ ਲਿਖ ਦਿੱਤਾ ਘੋੜੀ ਪੜ੍ਹਨ ਵਾਲੇ ਨੇ ਪੜ੍ਹ ਲਿਆ ਘੋੜੀ ਪੜਿਆ ਤੇ ਸ਼ੁੱਧ ਪਰ ਅਰਥ ਵਿੱਚ ਧੋਖਾ ਖਾ ਗਿਆ ਸਮਝ ਨਾ ਆਈ ਵੀ ਘੋੜੀ ਕਿਹੜੀ ਹੈ ਇਹ ਜਾਨਵਰ ਦੀ ਗੱਲ ਹੋ ਰਹੀ ਹੈ ਜਾਂ ਫਿਰ ਉਹ ਪੇਂਟਰ ਚੁੱਕੀ ਫਿਰਦੇ ਨੇ ਪੇਂਟ ਕਰਨ ਵਾਸਤੇ ਕੰਧਾਂ ਦੇ ਉੱਤੇ ਲਿਖਣ ਵਾਸਤੇ ਕਿਤੇ ਉਹ ਘੋੜੀ ਤਾਂ ਨਹੀਂ ਹੈ ਕਿਤੇ ਰਾਜ ਮਿਸਤਰੀ ਦੀਆਂ ਕਿਣੀਆਂ ਹੋਈਆਂ ਇੱਟਾਂ ਦੀ ਘੋੜੀ ਤਾਂ ਨਹੀਂ ਹੈ ਕਿਤੇ ਵਿਆਹ ਵਿੱਚ ਬੀਬੀਆਂ ਦੇ ਗਾਉਣ ਵਾਲੀ ਘੋੜੀ ਤਾਂ ਨਹੀਂ ਹੈ ਉਹ ਵੀ ਘੋੜੀ ਹੁੰਦੀ ਹੈ ਨਾ ਵੀ ਘੋੜੀਆਂ ਗਾਉਣੀਆਂ ਸ਼ਬਦ ਘੋੜੀ ਹੈ ਪੜ੍ਹਨ ਵਾਲਾ ਪੜ੍ਹੇਗਾ ਵੀ ਘੋੜੀ ਪਰ ਅਰਥ ਦੀ ਗਰੰਟੀ ਨਹੀਂ ਵੀ ਅਰਥ ਸਹੀ ਕਰ ਲਵੇਗਾ ਧੋਖਾ ਖਾ ਸਕਦਾ ਪਰ ਅੱਜ ਕੱਲ੍ਹ ਜ਼ਿਆਦਾ ਸਾਡੇ ਵਿਦਵਾਨਾਂ ਨੇ ਇਹੀ ਰੋਲ ਪਚੋੜਾ ਪੈਦਾ ਕੀਤਾ ਹੋਇਆ ਕੌਮ ਵਿੱਚ ਥੋੜੀ ਬੇਨਤੀ ਇਹ ਵੀ ਕਰਦੇ ਹਾਂ ਕਿਉਂਕਿ ਤੁਹਾਡਾ ਵੀ ਬਾਹ ਕਦੇ ਵੀ ਪੈ ਸਕਦਾ ਹੈ ਅਰਥ ਸਪਸ਼ਟ ਕਰਨਾ ਹੁੰਦਾ ਵਾਕ ਨੇ ਪੂਰੇ ਸੈਂਟੈਂਸ ਨੇ ਉਹੀ ਸ਼ਬਦ ਮੈਂ ਵਰਤਾਂਗਾ ਜੇ ਕਹਿ ਦਿਆਂ ਵੀ ਪੌੜੀ ਕੰਧ ਨਾਲ ਖੜੀ ਹੈ ਤੁਸੀਂ ਸਮਝ ਆਉਣਾ ਕਿਹੜੀ ਪੌੜੀ ਦੀ ਗੱਲ ਹੈ ਜੇ ਕਹਿ ਦਿਆਂ ਵੀ ਰਾਗੀਆਂ ਨੇ ਆਸਾ ਦੀ ਵਾਰ ਦੀ ਪੌੜੀ ਬੜੀ ਸੋਹਣੀ ਗਾਈ ਤੁਸੀਂ ਸਮਝ ਆਉਣਾ ਕੀਰਤਨ ਦੀ ਸ਼ਬਦ ਦੀ ਗੱਲ ਹੋ ਰਹੀ ਹੈ ਜੇ ਮੈਂ ਕਹਿ ਦਿਆਂ ਵੀ ਘੋੜੀ ਬਹੁਤ ਤੇਜ਼ ਦੌੜ ਰਹੀ ਹੈ ਤੁਸੀਂ ਸਮਝ ਜਾਣਾ ਜਾਨਵਰ ਦੀ ਗੱਲ ਹੋ ਰਹੀ ਹੈ ਜੇ ਮੈਂ ਕਹਿ ਦਿਆਂ ਵੀ ਘੋੜੀ ਬੜੀ ਸੋਹਣੀ ਗਾਈ ਹੈ ਤੁਸੀਂ ਸਮਝ ਜਾਣਾ ਬੀਬੀਆਂ ਵਿਆਹ ਚ ਘੋੜੀ ਗਾ ਰਹੀਆਂ ਹੋਣਗੀਆਂ ਮਤਲਬ ਸੈਂਟੈਂਸ ਜਦੋਂ ਪੜ੍ਹਦਾ ਨਾ ਅਰਥ ਉੱਥੇ ਸਪਸ਼ਟ ਹੋਣਾ ਹੁੰਦਾ ਤੇ ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਸ਼ਬਦ ਜਿਹੜੇ ਵਰਤੇ ਗਏ ਨੇ ਨਾ ਅਰਥ ਸਪਸ਼ਟ ਉੱਥੇ ਜਾ ਕੇ ਹੋਣਾ ਵੀ ਸੈਂਟੈਂਸ ਕੀ ਹੈ ਪ੍ਰਕਰਨ ਕੀ ਚੱਲਦਾ ਸ਼ਬਦ ਵਿੱਚ ਗੱਲ ਕਿਹੜੀ ਚੱਲਦੀ ਹੈ ਰਹੁ ਵਿਚਾਰ ਅੱਖਰੀ ਲਿਪੀ ਦਾ ਇਹ ਗੁਣ ਉਚਾਰਨ ਨਹੀਂ ਬਦਲਦਾ ਅਰਥ ਬਦਲ ਜਾਂਦਾ ਅੰਕਾਂ ਦੀ ਲਿਪੀ ਜਿਹੜੀ ਗਣਿਤਕ ਲਿਪੀ ਹੈ ਇਹਦਾ ਔਕੜ ਇਹ ਹੈ ਵੀ ਇਹਦਾ ਉਚਾਰਨ ਬਦਲ ਜਾਂਦਾ ਹੈ ਇੱਥੇ ਅੰਕ ਲਿਖ ਦਿੱਤਾ ਪੰਜ ਫਾਈਵ ਆਪਾਂ ਪੰਜ ਕਹਾਂਗੇ ਕੋਈ ਗੋਰਾ ਆ ਗਿਆ ਉਹ ਫਾਈਵ ਕਹੇਗਾ ਉਹਨੂੰ ਪੜ੍ਹ ਕੇ ਦੇਖ ਕੇ ਤੇ ਕੋਈ ਆ ਬਿਹਾਰੀ ਹੋਇਆ ਉਹ ਕਹੇਗਾ ਜੀ ਪਾਂਚ ਬਦਲ ਗਿਆ ਤਾਂ ਉਚਾਰਨ ਤੇ ਜੇ ਕੋਈ ਸੰਸਕ੍ਰਿਤ ਵਾਲਾ ਹੋਏਗਾ ਉਹ ਕਹੇਗਾ ਪੰਚ ਪੰਚ ਪ੍ਰਵਾਨ ਪੰਚ ਪ੍ਰਧਾਨ ਉੱਥੇ ਪੰਜਾਬ ਤੋਂ ਬੰਦਾ ਆਪਣੀ ਭਾਸ਼ਾ ਅਨੁਸਾਰ ਉਚਾਰਨ ਅਨੁਸਾਰ ਉਚਾਰਨ ਬਦਲ ਦਿੰਦਾ ਗਣਿਤਕ ਲਿਪੀ ਦਾ ਡਿਜੀਟਲ ਫੋਨ ਦਾ ਪਰ ਇਹਦੀ ਸਥਿਰਤਾ ਇਹਦਾ ਗੁਣ ਇਹ ਹੈ ਕੋਈ ਫਾਈਵ ਕਹੇ ਕੋਈ ਪੰਜ ਕਹੇ ਕੋਈ ਪਾਂਚ ਕਹੇ ਕੋਈ ਪੰਜ ਕਹੇ ਅਰਥ ਨਹੀਂ ਬਦਲਦਾ ਉਹਦੇ ਅੰਦਰ ਗਿਣਤੀ ਪੰਜ ਹੀ ਚੱਲਣੀ ਹੈ ਗਿਣਤੀ ਚ ਨਹੀਂ ਉਹਨੇ ਧੋਖਾ ਖਾੜਾ ਮੇਰੇ ਪਾਤਸ਼ਾਹ ਨੇ ਇੱਕ ਇਰੀਸਚਾਰੀ ਕੱਤਾ ਲਿਖਿਆ ਹੁੰਦਾ ਨਾ ਸਾਡੇ ਆ ਜਿਹੜੇ ਚੁੰਚ ਗਿਆਨੀ ਨੇ ਉਹਨਾਂ ਨੇ ਬਦਲ ਦੇਣਾ ਸੀ ਜੀ ਇੱਕ ਦਾ ਅਰਥ ਤੇ ਇੱਥੇ ਇਕਾਗਰਤਾ ਹੈ ਜਾਂ ਕੋਈ ਹੋਰ ਗੱਲ ਕਹਿ ਦੇਣੀ ਸੀ ਪਰ ਗੁਰਮੁਖ ਪਿਆਰੇ ਉਹ ਪਾਤਸ਼ਾਹ ਨੇ ਏਕਾ ਲਾ ਦਿੱਤਾ ਏਕਾ ਲਾ ਕੇ ਸਥਿਰ ਕਰ ਦਿੱਤਾ ਅਰਥ ਵੀ ਕਦੇ ਵੀ ਕੋਈ ਇਸ ਗੱਲ ਵਿੱਚ ਧੋਖਾ ਨਾ ਖਾ ਜਾਵੇ ਵੀ ਰੱਬ ਇੱਕ ਤੋਂ ਵੱਧ ਵੀ ਹੋ ਸਕਦਾ ਨਹੀਂ ਤੇ ਘਰ ਘਰ ਰੱਬ ਬਣੇ ਬੈਠੇ ਨੇ ਨਾ ਪਰ ਗੁਰੂ ਕੇ ਸਿੱਖ ਦੇ ਜਿਹੜੇ ਸ਼ਰਧਾਵਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਭੌੜੇ ਨੇ ਸ਼ਬਦ ਦੇ ਪੁਜਾਰੀ ਨੇ ਘੱਟੋ ਘੱਟ ਉਹ ਧੋਖਾ ਨਹੀਂ ਦਿਖਾਉਂਦੇ ਇਸ ਗੱਲ ਦਾ ਮੇਰੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਇੱਕ ਨੁਕਤਾ ਸਾਹਮਣੇ ਆ ਗਿਆ ਕੱਲ ਮੈਂ ਰਾਗਾਂ ਦੀ ਵੈਸੇ ਕਰ ਚੁੱਕਿਆ ਕੌਮ ਦੇ ਮਹਾਨ ਵਿਦਵਾਨ ਇਸ ਸ਼ਹਿਰ ਦਾ ਮਾਣ ਇਲਾਕੇ ਦੀ ਸ਼ਾਨ ਗਿਆਨੀ ਮਲਕੀਤ ਸਿੰਘ ਜੀ ਬਪਰਾਲੀ ਸਾਹਿਬ ਪਹੁੰਚ ਚੁੱਕੇ ਨੇ ਜੀਓ ਰਿਆਨੋ ਵੀ ਹੈ ਤੇ ਇਹਨਾਂ ਦਾ ਤਾਂ ਸੰਬੰਧ ਹੀ ਵਿਦਿਆ ਨਾਲ ਹੈ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ 30 ਰਾਗ ਦਰਜ ਕੀਤੇ ਨੇ ਕਈਆਂ ਨੇ ਕੰਨ ਚੁੱਕਣੇ ਨੇ ਕਿ ਇਸ ਦੇ 31 ਸੁਣਦੇ ਆ ਰਹੇ ਹੈ 30 ਕਿਉਂ ਕਹਿ ਦਿੱਤਾ ਯਾਦ ਰੱਖਣਾ 31ਵਾਂ ਰਾਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਰਜ ਕੀਤਾ ਹੈ ਬਾਅਦ ਵਿੱਚ ਉਚਾਰਨ ਨਵੇਂ ਪਾਤਸ਼ਾਹ ਦਾ ਹੈ ਦਰਜ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਲਮ ਭਾਈ ਮਨੀ ਸਿੰਘ ਦੀ ਹੈ
31 ਰਾਤ ਸਹਿਜਾਬੰਦੀ ਲਿਖਣ ਲੱਗਿਆ ਜਿਹੜੇ 30 ਰਾਤ ਨੂੰ ਅਰਜਨ ਦੇਵ ਸਾਹਿਬ ਨੇ ਲਿਖੇ ਨੇ ਨਾ ਪਹਿਲਾ ਰਾਗ ਹੈ ਸ੍ਰੀ ਰਾਗ ਤੇ ਸਮਾਪਤੀ ਦਾ ਰਾਗ ਹੈ ਗੁਰਮੁਖ ਪਿਆਰਿਓ ਪ੍ਰਭਾਤੀ ਦਾ ਸ੍ਰੀ ਰਾਗ ਦਾ ਜਿਹੜਾ ਸਮੇਂ ਰਾਤ ਦਾ ਪਹਿਲਾ ਪਹਿਰ ਹਨੇਰੇ ਵਿੱਚ ਗਾਇਆ ਸ਼ਾਮ ਨੂੰ ਗਾਉਣ ਵਾਲਾ ਰਾਗ ਹੈ ਤਾਂ ਕਹਿ ਲਿਆ ਜਦੋਂ ਹਨੇਰਾ ਛਾ ਰਿਹਾ ਉਦੋਂ ਸ੍ਰੀ ਰਾਗ ਹੈ ਪ੍ਰਭਾਤੀ ਦੇ ਅਰਥ ਅਸੀਂ ਵੈਸੇ ਹੀ ਸਮਝ ਕੇ ਹੋਣੇ ਪ੍ਰਭਾਤ ਕੀ ਹੁੰਦਾ ਅੰਮ੍ਰਿਤ ਵੇਲਾ ਬਹੁ ਫਟਾਲੇ ਦਾ ਵਕਤ ਉਸ ਵੇਲੇ ਦਾ ਰਾਗ ਹੈ ਇਹ ਸ੍ਰੀ ਰਾਗ ਤੋਂ ਸ਼ੁਰੂ ਕਰਕੇ ਪ੍ਰਭਾਤੀ ਤੇ ਸਮਾਪਤੀ ਕਰਨੀ ਪਾਤਸ਼ਾਹ ਨੇ ਇੱਕ ਸੰਕੇਤਕ ਗਿਆਨ ਸਾਡੇ ਸਾਹਮਣੇ ਰੱਖਿਆ ਕਿ ਦੁਨੀਆ ਵਾਲਿਓ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਹੈ ਪਾਵਨ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਇਹ ਜਿਹੜੀ ਫਿਲੋਸਫੀ ਹੈ ਇਹਦੇ ਅੰਦਰ ਸਮਝਾਇਆ ਗਿਆ ਜਿਹੜਾ ਲਾਈਫ ਸਟਾਈਲ ਹੈ ਕਿਤੇ ਇਸ ਮਾਰਗ ਦੇ ਪਾਂਧੀ ਨਾ ਹੋ ਅਗਰ ਹਿਰਦੇ ਦੇ ਅੰਦਰ ਹਨੇਰੇ ਦਾ ਪ੍ਰਤੀਕ ਸ੍ਰੀ ਰਾਗ ਭਾਵ ਅਗਿਆਨਤਾ ਦਾ ਹਨੇਰਾ ਹਿਰਦੇ ਵਿੱਚ ਗੂੜਾ ਛਾਇਆ ਹੋਇਆ ਹੋਵੇ ਇਸ ਮਾਰਗ ਤੇ ਚੱਲਦਿਆਂ ਚੱਲਦਿਆਂ ਜਦੋਂ ਤੂੰ ਪੂਰੀ ਤਰ੍ਹਾਂ ਇਸ ਮਰਜ਼ਾਦਾ ਨੂੰ ਫਿਲੋਸਫੀ ਨੂੰ ਸਿਧਾਂਤ ਨੂੰ ਅਪਣਾ ਲਵੇਗਾ ਤੇਰੇ ਹਿਰਦੇ ਦੇ ਅੰਦਰ ਬਹੁ ਫਟਾਲੇ ਵਰਗਾ ਗਿਆਨ ਪ੍ਰਕਾਸ਼ ਪ੍ਰਗਟ ਹੋ ਜਾਵੇਗਾ ਆਖੋ ਸਤਨਾਮ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਹਰ ਗੱਲ ਵਿੱਚ ਗਿਆਨ ਹੈ ਹਰ ਅੱਖਰ ਵਿੱਚ ਸੰਕੇਤ ਹੈ ਠੀਕ ਹੈ ਇੰਦਰ ਸਭ ਦਾ ਆਪੋ ਆਪਣਾ ਆਪੋ ਆਪਣੇ ਢੰਗ ਨਾਲ ਦੁਨੀਆ ਵੇਖਦੀ ਹੈ ਕਿਸੇ ਦਾ ਦੋਸ਼ ਨਹੀਂ ਹੁੰਦਾ ਸਾਈਟ ਐਂਗਲ ਪੜ੍ਹੇ ਲਿਖੇ ਸਾਈਟ ਐਂਗਲ ਚੇਂਜ ਹੋਵੇਗਾ ਪ੍ਰਤੀਬਿੰਬ ਚੇਂਜ ਹੋਵੇਗਾ ਏਦਾਂ ਕਹਿ ਲਈਏ ਆਪਣੇ ਨੇੜੇ ਪਹਾੜੀਆਂ ਸ਼ੁਰੂ ਹੋ ਜਾਂਦੀਆਂ 10-15 ਕਿਲੋਮੀਟਰ ਇੱਕ ਪਹਾੜੀ ਹੈ ਉਸ ਪਹਾੜੀ ਨੂੰ ਇੱਕ ਦਿਸ਼ਾ ਤੋਂ ਵੇਖਿਆ ਜਿਹੜਾ ਦ੍ਰਿਸ਼ ਵਿਖਿਆ ਨਾ ਥੋੜਾ ਜਿਹਾ ਚੱਲ ਕੇ ਦੂਜੇ ਪਾਸਿਓਂ ਵੇਖੋਗੇ ਦ੍ਰਿਸ਼ ਬਦਲ ਜਾਵੇਗਾ ਪਹਾੜੀ ਨਹੀਂ ਬਦਲਣੀ ਦ੍ਰਿਸ਼ ਬਦਲੇਗਾ ਕੁਛ ਰੁੱਖ ਬੂਟੇ ਝਾੜ ਨਜ਼ਰ ਆਉਣਗੇ ਕਈ ਅਲੋਪ ਹੋ ਜਾਣਗੇ ਜਾਂ ਏਦਾਂ ਕਹਿ ਲਵੋ ਪਹਾੜੀ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿਓ ਹਰ ਕਦਮ ਬਾਅਦ ਪਹਾੜੀ ਨੂੰ ਵੇਖੋ ਹਰ ਕਦਮ ਦੇ ਉੱਤੇ ਦ੍ਰਿਸ਼ ਬਦਲਿਆ ਹੋਇਆ ਮਿਲੇਗਾ ਜੇ ਕਹੀਏ ਵੀ 100 ਜਾਂ 500 ਕਦਮ ਵਿੱਚ ਪਹਾੜੀ ਘੁੰਮੀ ਹੈ ਨਾ 500 ਦ੍ਰਿਸ਼ ਬਣ ਗਏ ਉਹਦੇ ਪ੍ਰਤੀਬਿੰਬ ਉਹਦੇ 500 ਬਣ ਗਏ ਗੁਰਮੁਖ ਇੱਕੋ ਚੀਜ਼ ਨੂੰ ਵੇਖਿਆ ਜੇ ਨਜ਼ਰੀਆ ਬਦਲ ਜਾਵੇ ਨਾ ਉਹਦਾ ਬਿੰਬ ਬਦਲ ਜਾਂਦਾ ਹੈ ਸਾਹਿਬ ਦੀ ਬਾਣੀ ਹੈ ਕਿਸ ਐਂਗਲ ਤੋਂ ਕੋਈ ਵੇਖ ਕੇ ਵਿਚਾਰ ਰਿਹਾ ਉਹਦੇ ਆਧਾਰ ਤੇ ਇਹ ਸਮਝ ਪੈਣੀ ਹੈ ਉਸੇ ਆਧਾਰ ਤੇ ਅਰਥ ਸਮਝ ਆਉਣੇ ਨੇ ਕਈ ਵਿਚਾਰੇ ਮੇਰੇ ਵਰਗੇ ਅੱਖਰੀ ਗਿਆਨ ਵਿੱਚ ਪੁੱਜ ਕੇ ਰਹਿ ਜਾਂਦੇ ਨੇ ਕਈਆਂ ਤੇ ਕਿਰਪਾ ਹੁੰਦੀ ਹੈ ਉਹ ਅਨੁਭਵ ਵੱਲ ਤੁਰ ਪੈਂਦੇ ਨੇ ਉਹਨੂੰ ਐਕਸਪੀਰੀਅੰਸ ਵਿੱਚੋਂ ਉਹਨਾਂ ਨੂੰ ਬਹੁਤ ਕੁਝ ਸਮਝ ਆਉਂਦਾ ਹੈ ਡਾਕਟਰ ਭਾਈ ਵੀਰ ਸਿੰਘ ਨੇ ਤਾਂ ਖੁੱਲ੍ਹੇਆਮ ਕਹਿ ਦਿੱਤਾ ਜਿਹੜੇ ਕੇਵਲ ਗਿਆਨ ਵਿੱਚ ਉਲਝ ਗਏ ਕਹਿੰਦੇ ਰਾਹ ਹੋਵੇ ਗਿਆਨੀ ਇਹ ਗਿਆਨੀ ਪੁਰਸ਼ੋ ਵਿਦਵਾਨ ਪੁਰਸ਼ੋ ਜਿਹਨਾਂ ਨੂੰ ਮਾਣ ਹੈ ਗਿਆਨ ਤੇ ਰਹੋਵੇ ਗਿਆਨੀ ਬੁੱਧੀ ਮੰਡਲਾਂ ਦੀ ਕੈਦ ਵਿੱਚ ਤੂੰ ਬੁੱਧੀ ਦੇ ਆਧਾਰ ਦੇ ਉੱਤੇ ਗੱਲ ਕਰਦਾ ਹੈ ਇਸ ਤਲ ਤੇ ਵਿਚਾਰਦਾ ਹੈ ਤੇਰੀ ਸੁਰਤ ਕੈਦ ਹੋ ਗਈ ਹੈ ਬੁੱਧੀ ਮੰਡਲ ਵਿੱਚ ਖੜ ਗਈ ਹੈ ਇੱਥੇ ਰਹੋਵੇ ਗਿਆਨੀ ਬੁੱਧੀ ਮੰਡਲਾਂ ਦੀ ਕੈਦ ਵਿੱਚ ਬਲ ਬਲੇ ਦੇ ਦੇਸ਼ ਸਾਡੀਆਂ ਲੱਗੀਆਂ ਨੇ ਜਾ ਰਹੀਆਂ ਅਸੀਂ ਸਾਡੀ ਸੁਰਤ ਕਿਤੇ ਸੱਚਖੰਡ ਤੱਕ ਪਹੁੰਚਾ ਦਿੱਤੀ ਮੇਰੇ ਪਾਤਸ਼ਾਹ ਨੇ ਹੁਣ ਤੇਰਾ ਔਰ ਮੇਰਾ ਫਾਸਲਾ ਪੈ ਗਿਆ ਜਿਹੜੇ ਐਂਗਲ ਤੋਂ ਤੂੰ ਵੇਖ ਰਿਹਾ ਉਹ ਹੋਰ ਹੈ ਜਿਹੜੇ ਐਂਗਲ ਤੋਂ ਮੈਂ ਵੇਖ ਰਿਹਾ ਉਹ ਹੋਰ ਹੈ ਉੱਚਾ ਚੜ੍ਹ ਕੇ ਦੇਖਿਆ ਟੋਏ ਵਿੱਚ ਖੜ ਕੇ ਵੇਖੀਏ ਦੁਨੀਆਂ ਨੂੰ ਛੋਟੀ ਹੋ ਜਾਂਦੀ ਹੈ ਇੱਕ ਡੱਡੂ ਖੂਹ ਦਾ ਡੱਡੂ ਉਹਦੇ ਕਿਨਾਰੇ ਤੇ ਬੈਠਾ ਹੰਸ ਗੱਲਾਂ ਕਰ ਰਿਹਾ ਹੰਸ ਕਹਿੰਦਾ ਡੱਡੂਆ ਆ ਤੈਨੂੰ ਮਾਨ ਸਰੋਵਰ ਵਿਖਾਵਾਂ ਡੱਡੂ ਕਹਿੰਦਾ ਵੀ ਕਿੱਡਾ ਕਾ ਮਾਨ ਸਰੋਵਰ ਕਹਿੰਦਾ ਬਹੁਤ ਵੱਡਾ ਡੱਡੂ ਨੇ ਇੱਕ ਛਾਲ ਮਾਰੀ ਤਿਹਾਈ ਕੁ ਦਾ ਖੂਹ 2 ਰੇਡੀਅਸ ਦੇ ਪੱਖ ਤੋਂ ਵਿਆਸ ਦੇ ਪੱਖ ਤੋਂ ਕਰੌਸ ਕੀਤਾ ਕਹਿੰਦਾ ਇੰਨਾ ਤਾਂ ਵੱਡਾ ਹੋਏਗਾ ਹੰਸ ਕਹਿੰਦਾ ਨਹੀਂ ਬਹੁਤ ਵੱਡਾ ਉਹਨੇ ਦੂਜੀ ਛਾਲ ਮਾਰੀ 2 ਕੁ ਹਿੱਸੇ ਪਾਰ ਕੀਤਾ ਤੀਜਾ ਕੁ ਬਾਕੀ ਬਚਿਆ ਕਹਿੰਦਾ ਇੰਨਾ ਤਾਂ ਵੱਡਾ ਹੋਏਗਾ ਹੰਸ ਕਹਿੰਦਾ ਨਹੀਂ ਬਹੁਤ ਵੱਡਾ ਡੱਡੂ ਨੇ ਤੀਜੀ ਛਾਲ ਮਾਰੀ ਇੱਕ ਮੌਣ ਤੋਂ ਦੂਜੀ ਮੌਣ ਤੱਕ ਮਹਿਲ ਤੱਕ ਪਹੁੰਚਿਆ
ਪੂਰੇ ਖੂਹ ਦਾ ਵਿਆਸਕਾਰ ਕਰ ਦਿੱਤਾ ਕਹਿੰਦਾ ਇੰਨਾ ਕੁ ਵੱਡਾ ਹੋਏਗਾ ਹੰਸ ਕਹਿੰਦਾ ਨਹੀਂ ਬਹੁਤ ਵੱਡਾ ਕਹਿੰਦਾ ਇਹ ਤੋਂ ਵੱਡਾ ਕੁਛ ਹੋ ਹੀ ਨਹੀਂ ਸਕਦਾ ਉਹਦਾ ਨਜ਼ਰੀਆ ਹੀ ਛੋਟਾ ਹੋ ਗਿਆ ਨਾ ਖੂਹ ਵਿੱਚ ਰਹਿਣ ਕਰਕੇ ਸਾਡਾ ਵੀ ਕਈ ਵਾਰੀ ਨਜ਼ਰੀਆ ਇੰਨਾ ਛੋਟਾ ਹੋ ਜਾਂਦਾ ਅਸੀਂ ਹਰ ਚੀਜ਼ ਨੂੰ ਬੜਾ ਛੋਟੇ ਐਂਗਲ ਤੋਂ ਵੇਖਦੇ ਹਾਂ ਖੂਹ ਦੀ ਬਜਾਏ ਟੋਏ ਦੀ ਬਜਾਏ ਗਰਾਊਂਡ ਲੈਵਲ ਤੇ ਆ ਕੇ ਦੁਨੀਆ ਵੇਖੀਏ ਕਾਫੀ ਦੂਰ ਤੱਕ ਦਿਖੇਗੀ ਸਮਝ ਆਵੇਗੀ ਪਰ ਇਸ ਤਲ ਤੋਂ ਵੀ ਉੱਚਾ ਉੱਠ ਜਾਈਏ ਉੱਚੇ ਟਾਵਰ ਤੇ ਚੜ੍ਹ ਜਾਈਏ ਨਾ ਇੱਥੇ ਕੋਈ ਟਾਵਰ ਹੋਵੇ ਨਾ ਆ ਫੋਨ ਟੈਲੀਫੋਨ ਵਾਲੇ ਲਾਏ ਨੇ ਬੰਦੇ ਪੰਜ ਸੱਤ ਪਿੰਡ ਸਹਿਜ ਹੀ ਨਜ਼ਰ ਆ ਜਾਣਗੇ ਆਲੇ ਦੁਆਲੇ ਦਾਇਰਾ ਵੱਡਾ ਉਚਾਈ ਨਾਲ ਬਣਦਾ ਦੁਨੀਆ ਦਾ ਸਭ ਤੋਂ ਉੱਚਾ ਟਾਵਰ ਹੈ ਸੀ ਐਨ ਟਾਵਰ ਕਨੇਡਾ ਟੋਰਾਂਟੋ ਦੇ ਵਿੱਚ ਗਿਆਨੀ ਜੀ ਤੇ ਚੜ੍ਹ ਕੇ ਆਏ ਨੇ ਉਹਦੇ ਤੇ ਸੋ ਉਸ ਟਾਵਰ ਤੋਂ ਸੈਂਕੜੇ ਕਿਲੋਮੀਟਰ ਦੂਰ ਹੈ ਅਮੈਰੀਕਾ ਦਾ ਨਿਊਯਾਰਕ ਸ਼ਹਿਰ ਮੌਸਮ ਸਾਫ਼ ਹੋਵੇ ਉਹ ਦਿਸ ਜਾਂਦਾ ਹੈ ਕਾਰਨ ਉਚਾਈ ਤੇ ਜਾ ਕੇ ਨਜ਼ਰੀਆ ਵੱਡਾ ਹੋ ਗਿਆ ਬੁੱਧੀ ਮੰਡਲ ਜਿਸ ਗੱਲ ਦੀ ਚਰਚਾ ਭਾਈ ਵੀਰ ਸਿੰਘ ਕਰਦੇ ਨੇ ਬੁੱਧੀ ਮੰਡਲ ਵਿੱਚ ਸੁਰਤ ਕੈਦ ਹੋ ਗਈ ਨਾ ਗੱਲ ਸਮਝ ਨਹੀਂ ਆਉਣੀ ਰੱਬ ਦੇ ਦੇਸ਼ ਦੀ ਪ੍ਰੀਤਮ ਦੇ ਦੇਸ਼ ਦੀ ਗੱਲ ਇੱਥੇ ਨਹੀਂ ਸਮਝ ਆਉਣੀ ਕਿਉਂਕਿ ਹਰ ਗੱਲ ਨੂੰ ਬੁੱਧੀ ਨਾਲ ਵਿਚਾਰ ਲਿਆ ਤੇ ਜੇਕਰ ਇਹਨੂੰ ਸੁਰਤ ਉੱਚੀ ਉੱਠੇ ਗੱਲ ਥੋੜ੍ਹੀ ਜਿਹੀ ਕਹਿ ਰਹੀ ਹੈ ਕਿਤੇ ਧਰਮ ਦੀ ਪੌੜੀ ਚੜ੍ਹ ਜਾਵੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ ਚੜ੍ਹੇ ਕਿਵੇਂ ਜਾਣਾ ਇੱਕ ਦੂਜੀ ਪਰ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਕਿਹੜਾ ਆਖੀ ਹੈ ਏਕ ਨਾਮ ਜਗਦੀਸ਼ ਜਪ ਲਈਏ ਵਾਹਿਗੁਰੂ ਵਾਹਿਗੁਰੂ ਸਾਰੀ ਸਾਰੀ ਲੱਖ ਹੋ ਹੇ ਲੱਖ ਹੋ ਹੈ ਲੱਖ ਵੀਸ ਲੱਖ ਲੱਖ ਕਿਹੜਾ ਆਖੀਏ ਏਕ ਨਾਮ ਜਗਦੀਸ਼ ਏਕ ਰਾਹੇ ਪਤ ਪਵੜੀਆਂ ਇਹ ਨੇ ਪੌੜੀਆਂ ਇਹ ਹੈ ਚੜ੍ਹਨ ਦਾ ਤਰੀਕਾ ਚੜ੍ਹੀਏ ਹੋਏ ਇਕੀਸ ਚੜ੍ਹ ਜਾਈਏ ਤੇ ਈਸ਼ਵਰ ਨਾਲ ਇੱਕ ਮਿਕ ਹੋ ਜਾਣਾ ਰੱਬ ਵਿੱਚ ਮਿਲ ਜਾਂਦਾ ਹੈ ਇਹ ਹੈ ਮਲਬਲੇ ਦਾ ਦੇਸ਼ ਉੱਚੀ ਉਡਾਰੀ ਦੀ ਗੱਲੋਂ ਸੋ ਗੁਰਮੁਖੋ ਪਾਤਸ਼ਾਹ ਦੀ ਸਾਹਿਬ ਦੀ ਬਾਣੀ ਬੜੀ ਮਹਾਨ ਹੈ ਸਮਝ ਓਨੀ ਕੁ ਪਾਉਣੀ ਹੈ ਜਿੰਨਾ ਕੁ ਸਾਡੀ ਸੁਰਤ ਨੇ ਲੱਗਣਾ ਹੈ ਹੀ ਮਾਰਗ ਸੁਰਤ ਦਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਖੇਡ ਹੈ ਕੋਸ਼ਿਸ਼ ਕਰਿਆ ਕਰੋ ਚੜ੍ਹੀਏ ਪੰਜਵੇਂ ਪਾਤਸ਼ਾਹ ਨੇ ਐਸੀ ਮਹਾਨ ਬਾਣੀ ਇਕੱਤਰ ਕੀਤੀ ਹੈ ਜੇ ਮੈਂ ਇਸ ਵਿਸ਼ੇ ਨੂੰ ਅੱਗੇ ਤੋਰੀ ਜਾਵਾਂ ਦੋ ਤਿੰਨ ਘੰਟੇ ਵੈਸੇ ਹੀ ਲੱਗ ਸਕਦੇ ਨੇ ਪਰ ਮੈਂ ਕੇਵਲ ਬੇਨਤੀ ਕਰਾਂ ਵੀ ਸੰਪੂਰਨਤਾ ਕਰਕੇ ਗੁਰੂ ਸਾਹਿਬ ਦੇ ਸਰੂਪ ਅਦਬ ਸਤਿਕਾਰ ਦੇ ਨਾਲ ਲਿਆਂਦੇ ਗਏ 68 ਘਾਟ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਰੋਵਰ ਦਾ ਚੜ੍ਹਦਾ ਪਾਸਾ ਲੰਗਰ ਵਾਲਾ ਪਾਸਾ ਉੱਥੇ ਇੱਕ ਵੱਡਾ ਥੜਾ ਤੁਸੀਂ ਅੱਜ ਵੀ ਵੇਖਦੇ ਹੋ ਲਗਭਗ ਜਿਹੜੀ ਡਿਊਟੀ ਹੈ ਨਾ ਚੜ੍ਹਦੇ ਪਾਸੇ ਦੀ ਉਹਦੇ ਸਾਹਮਣੇ ਬਣਿਆ ਹੋਇਆ ਸਰੋਵਰ ਦੇ ਕਿਨਾਰੇ ਇਹਦਾ ਨਾਮ ਹੈ 68 ਘਾਟ ਦੁੱਖ ਭੰਜਨੀ ਮੇਰੀ ਦੇ ਬਿਲਕੁਲ ਨਾਲ ਪੈ ਗਿਆ ਇਸ ਸਥਾਨ ਤੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਹੁੰਚੇ ਨੇ ਪੋਥੀ ਪਰਮੇਸ਼ਵਰ ਕਾ ਥਾਨ ਅੱਜ ਤੇ ਸਾਡੇ ਕਈ ਭਰਾਵਾਂ ਨੂੰ ਬੜੀ ਤਕਲੀਫ ਹੁੰਦੀ ਹੈ ਇਹੋ ਜਿਹੇ ਸ਼ਬਦਾਂ ਨੂੰ ਵੀ 68 ਕਿਉਂ ਕਹਿ ਦਿੱਤਾ ਤੇ ਹਿੰਦੂਆਂ ਦਾ ਸ਼ਬਦ ਹੈ ਕਈਆਂ ਨੂੰ ਨਾਰੀਆਂ ਤੋਂ ਬੜੀ ਤਕਲੀਫ ਹੁੰਦੀ ਹੈ ਕਹਿੰਦੇ ਹਿੰਦੂਆਂ ਦਾ ਹੁੰਦਾ ਹੈ ਮੇਰਾ ਵੀਰ ਕੋਈ ਇੱਥੇ ਬੈਠਾ ਹੋਵੇ ਉਹ ਸਮਝ ਲਵੇ ਗੱਲ ਨੂੰ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾਰੀਅਲ ਵਰਤਣਾ ਕਿੱਥੇ ਹੈ ਪਰ ਘੱਟੋ ਘੱਟ ਇਹਨਾਂ ਚੀਜ਼ਾਂ ਨੂੰ ਧਰਮ ਦੇ ਨਾਂ ਤੇ ਨਹੀਂ ਵੰਡਣਾ ਚਾਹੀਦਾ ਖਾਣਾ ਨਾ ਖਾਣਾ ਦਾ ਕਈਆਂ ਨੂੰ ਮਾਂਵਾਦੀ ਕਈਆਂ ਨੂੰ ਸਵਾਦੀ ਹੋ ਸਕਦੇ ਨੇ ਧਰਮ ਦੇ ਗੁਰਮੁਖ ਇੰਡੀਆ ਇੱਕ ਐਸਾ ਜਿੱਥੇ ਉਹਦੇ ਬੱਕਰੇ ਨੂੰ ਮੁਸਲਮਾਨ ਸਮਝਿਆ ਜਾਂਦਾ ਹੈ ਤੇ ਵਿਚਾਰੇ ਦੋਨੇ ਜਾਨਵਰ ਨੇ ਨਾ ਪਰ ਧਰਮ ਨਾਲ ਜੋੜ ਲਏ ਗਏ ਇਹ ਚੱਲ ਰਿਹਾ ਅਸੀਂ ਫਲ ਵੰਡ ਲਏ ਨਾਰੀਅਲ ਹਿੰਦੂਆਂ ਦਾ ਹੁੰਦਾ ਹੈ ਮੇਰਾ ਖਿਆਲ ਹੈ ਫਿਰ ਕੇਲੇ ਜੈਨੀਆਂ ਦੇ ਜ਼ਰੂਰ ਹੋਣਗੇ ਮੈਨੂੰ ਲੱਗਦਾ ਫਿਰ ਅੰਬ ਪੂਰਬ ਵਿੱਚੋਂ ਆਉਂਦੇ ਨੇ ਇਹ ਬੋਧੀਆਂ ਦੇ ਹੋਣਗੇ ਇਹਦਾ ਅਰਥ ਅੱਗੇ ਕਰਦੇ ਜਾਓ ਅੰਗੂਰ ਦੇ ਦਿਓ ਮੁਸਲਮਾਨਾਂ ਨੂੰ ਚੰਗੇ ਚੰਗੇ ਫਲ ਅਨਾਰ ਦੇ ਦਿਓ ਭਾਈ ਈਸਾਈਆਂ ਨੂੰ ਤੇ ਇਸੇ ਤਰ੍ਹਾਂ ਹੁਣ ਵਧੀਆ ਫਲ ਕਿਵੀ ਵਰਗੇ ਆਉਣ ਲੱਗੇ ਨੇ ਇਹ ਪਾਰਸੀਆਂ ਨੂੰ ਦੇ ਦਿਓ
ਫਿਰ ਆਪਾਂ ਤੇ ਡੰਡੇ ਹੀ ਵਜਾਵਾਂਗੇ ਤਾਂ ਬੈਠ ਕੇ ਦੇਖਾਂਗੇ ਉਹਨਾਂ ਨੂੰ ਖਾਂਦੇ ਨੂੰ ਸਾਡੇ ਤੇ ਪੱਲੇ ਰਹਿਣਾ ਹੀ ਕਰਕੇ ਨਹੀਂ ਕਿਉਂਕਿ ਵੰਡ ਦਿੱਤਾ ਦੂਜਿਆਂ ਨੂੰ ਨਹੀਂ ਗੁਰਮੁਖੋ ਨਾਰੀਅਲ ਹਿੰਦੂਆਂ ਦਾ ਨਹੀਂ ਹੁੰਦਾ ਇਹ ਤੇ ਕੁਦਰਤ ਦਾ ਤੋਹਫਾ ਹੈ ਮੈਂ ਗੱਲ ਲੰਮੀ ਕਰਨੀ ਨਹੀਂ ਚਾਹੁੰਦਾ ਸਮਾਂ ਉੱਪਰ ਨਾ ਚਲੇ ਜਾਵੇ ਰੱਬ ਨੇ ਐਸੀ ਖੇਡ ਵਰਤਾਈ ਹੈ ਕੁਦਰਤ ਦੇ ਰਾਹੀਂ ਕੁਦਰਤ ਕਰਕੇ ਵਸਿਆ ਸੋਏ ਬਲਿਹਾਰੀ ਕੁਦਰਤ ਵਸਿਆ ਉਹਨੇ ਡਰਾਈ ਫਰੂਟ ਕਸ਼ਮੀਰ ਵਿੱਚ ਪੈਦਾ ਕੀਤਾ ਕਿਉਂਕਿ ਠੰਡਾ ਇਲਾਕਾ ਹੈ ਲੋਕਾਂ ਨੂੰ ਸਰਦੀ ਦੇ ਵਿੱਚ ਗਰਮੈਸ਼ ਦੀ ਲੋੜ ਹੈ ਬੀਪੀ ਅਪ ਰਹਿਣਾ ਚਾਹੀਦਾ ਹੈ ਨਾਰੀਅਲ ਸਮੁੰਦਰ ਦੇ ਕਿਨਾਰੇ ਵਾਲੇ ਏਰੀਆ ਵਿੱਚ ਪੈਦਾ ਕੀਤਾ ਦੂਰ ਤੱਕ ਅਸਰ ਹੈ ਇੱਥੇ ਪਾਣੀ ਦੀ ਘਾਟ ਨਾ ਆਵੇ ਇੱਕ ਪਵਿੱਤਰ ਵਧੀਆ ਸਿਹਤਮੰਦ ਪਾਣੀ ਅੱਜ ਦਾ ਮਿਨਰਲ ਵਾਟਰ ਦਾ ਮੁਕਾਬਲਾ ਨਹੀਂ ਕਰ ਸਕਦਾ ਇਹ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਵਿਆਨਤਾ ਨੇ ਰਹਿਮਤਾ ਨੇ ਇਹਨਾਂ ਵਿੱਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਇਹਨਾਂ ਨੂੰ ਵਰਤਣ ਦਾ ਢੰਗ ਹੋਣਾ ਚਾਹੀਦਾ ਰਹੋ ਵਿਚਾਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਰ ਨੁਕਤੇ ਤੋਂ ਸਾਨੂੰ ਗਿਆਨ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅਸਟ ਕਾਟ ਪਏ ਆਏ ਰਹਿਣ ਸਮਾਈ ਜਾਣੀ ਕਿ ਰਾਤ ਭਰ ਕੀਰਤਨ ਹੋਇਆ ਅੰਮ੍ਰਿਤ ਵੇੜੇ ਗੁਰਮੁਖ ਪਿਆਰਿਓ ਜਦੋਂ ਚੌਥਾ ਪਹਿਰ ਰਾਤ ਦਾ ਚੌਥਾ ਪਹਿਰ ਸੁਬਾਹ ਕਹਿ ਚੌਥਾ ਪਹਿਰ ਸੁਬਾਹ ਕਹਿ ਸੁਰਤੀਆਂ ਉਪਜਿਆ ਚਾਹੋ ਬਿਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਮ ਅੰਮ੍ਰਿਤ ਵੇੜੇ ਬਾਬਾ ਬੁੱਢਾ ਜੀ ਦੇ ਸੀਸ ਤੇ ਸਵਾਰਾ ਕਰਵਾ ਕੇ ਆਪ ਮੇਰੇ ਪੰਜਵੇਂ ਪਾਤਸ਼ਾਹ ਚੌਰ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੈ ਕੇ ਜਾਂਦੇ ਨੇ ਪ੍ਰਕਾਸ਼ ਕਰਦੇ ਨੇ ਤੇ ਜਦੋਂ ਪ੍ਰਕਾਸ਼ ਹੋਇਆ ਮਹਾਰਾਜ ਸੈਟ ਤੇ ਬੈਠ ਕੇ ਸੰਗਤ ਦੇ ਵਿੱਚ ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਕਹਿੰਦੇ ਭਾਈ ਬੁੱਢਾ ਖੁੱਲੋ ਗ੍ਰੰਥ ਲਿਹੋ ਆਵਾਜ਼ਾਂ ਸੁਣੇ ਸਰਪੰਥ ਸੰਗਤ ਪੰਥ ਸੁਣੇਗੀ ਇਹ ਆਵਾਜ਼ ਇਹ ਹੁਕਮਨਾਮਾ ਤੁਸੀਂ ਪ੍ਰਕਾਸ਼ ਕਰਕੇ ਹੁਕਮਨਾਮਾ ਲਵੋ ਤੇ ਹੁਕਮਨਾਮੇ ਦੀਆਂ ਪੰਕਤੀਆਂ ਸਨ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਪਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸਾਰਾ ਦਿਨ ਕੀਰਤਨ ਹੋਇਆ ਸ਼ਾਮ ਹੋ ਗਈ ਸੁਖਾ ਸਿੰਘ ਦਾ ਵਕਤ ਹੋਇਆ ਪੁੱਛਿਆ ਸਿੱਖਾਂ ਨੇ ਮਹਾਰਾਜ ਸੁਖਾ ਸਿੰਘ ਕੀ ਹਰਿਮੰਦਰ ਸਾਹਿਬ ਦੇ ਅੰਦਰ ਹੋਣਾ ਪਾਤਸ਼ਾਹ ਕਹਿੰਦੇ ਨਹੀਂ ਸਾਡੇ ਕਮਰੇ ਵਿੱਚ ਕੋਠਾ ਸਾਹਿਬ ਵਿੱਚ ਜਿਸ ਪਲੰਗ ਤੇ ਅਸੀਂ ਵਿਰਾਜਦੇ ਸੀ ਅੱਜ ਤੋਂ ਬਾਅਦ ਉੱਥੇ ਸਾਹਿਬ ਉਸ ਪਲੰਗ ਤੇ ਆਸਣ ਲਾਉਣਗੇ ਸਤ ਬਚਨ ਮਹਾਰਾਜ ਤੁਹਾਡੇ ਵਾਸਤੇ ਦੂਸਰਾ ਪਲੰਗ ਲਾ ਦਿੰਦੇ ਆ ਸਤਿਗੁਰੂ ਕਹਿੰਦੇ ਨਹੀਂ ਗੁਰਬਾਣੀ ਦੀ ਸ਼ਬਦ ਦੀ ਬਰਾਬਰੀ ਅਸੀਂ ਨਹੀਂ ਕਰ ਸਕਦੇ ਮਹਾਰਾਜ ਗੁਰਬਾਣੀ ਵੀ ਤੇ ਤੁਹਾਡੀ ਹੈ ਸਤਿਗੁਰੂ ਕਹਿੰਦੇ ਗੁਰਬਾਣੀ ਸਾਡੀ ਨਹੀਂ ਇਹ ਅਕਾਲ ਦੀ ਬਾਣੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਵਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਸਤਿਗੁਰਾਂ ਨੇ ਜ਼ਮੀਨ ਤੇ ਚਾਦਰ ਵਿਛਾਈ ਆਸਣ ਆਪਣਾ ਕਰ ਲਿਆ ਘੁੰਮਣ ਉਸ ਤੋਂ ਬਾਅਦ ਕਦੇ ਵੀ ਪਟਕ ਦੇ ਬਰਾਬਰ ਆਸਣ ਨਹੀਂ ਲਾਇਆ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੋਠਾ ਸਾਹਿਬ ਤੇ ਜਾ ਕੇ ਦਰਸ਼ਨ ਕਰੋਗੇ ਪਲੰਗ ਦੇ ਹੇਠਾਂ ਇੱਕ ਵੱਖਰੀ ਵਿਛਾਈ ਤੁਹਾਨੂੰ ਮਿਲੇਗੀ ਇਹ ਭਾਵਨਾ ਹੈ ਜਿੱਥੇ ਸ਼ਬਦ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਪਲੰਗ ਤੇ ਵਿਰਾਜਦੇ ਨੇ ਤੇ ਗੁਰਮੁਖੋ ਰੂਹਾਨੀ ਤੌਰ ਤੇ ਸੰਗਤਾਂ ਮੰਨਦੀਆਂ ਨੇ ਵਿਸ਼ਵਾਸ ਹੈ ਵੀ ਅੱਜ ਵੀ ਸਤਿਗੁਰੂ ਉਸ ਪਲੰਗ ਦੇ ਹੇਠਾਂ ਉਸੇ ਤਰ੍ਹਾਂ ਆਸਣ ਲਾਉਂਦੇ ਨੇ ਐਸੀ ਭਾਵਨਾ ਹੋਣੀ ਵੀ ਚਾਹੀਦੀ ਹੈ ਸੋ ਗੁਰਮੁਖ ਪਿਆਰਿਓ ਮੈਂ ਫਿਰ ਤੋਂ ਇੱਕ ਵਾਰੀ ਗੁਰਪੁਰਬ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਇਹ ਗੁਰਪੁਰਬ ਮਨਾਉਣਾ ਸਾਡਾ ਸਫਲਾ ਉਦੋਂ ਹੋਣਾ ਹੈ ਜਦੋਂ ਗੁਰਬਾਣੀ ਦਾ ਸਿਧਾਂਤ ਹਿਰਦੇ ਵਿੱਚ ਵਸੇਗਾ ਸੁਰਤ ਜੁੜੇਗੀ ਸ਼ਬਦ ਦੇ ਨਾਲ ਤੇ ਸਾਡਾ ਜੀਵਨ ਸਫਲਾ ਹੋਵੇ ਗੁਰੂ ਬਾਣੇ ਬਣਾਓ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੋ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਪਾਨ ਕਰਕੇ ਪ੍ਰਥਮ ਰਹਿਤ ਜੈਦਾਨ ਖੰਡੇ ਕੀ ਬਹੁਤ ਸ਼ਕੈ ਸੋਈ ਸਿੰਘ ਪ੍ਰਧਾਨ ਅਗਰ ਭਾਵ ਜੋ ਨਾਮ ਹੈ ਭੁੱਲਾਂ ਚੁੱਕਾ ਦਿਖੇ ਮਾਂ ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਸਰਬ ਸੰਗਤਾਂ ਦਾ ਪ੍ਰਬੰਧਕ ਗੁਰਮੁਖ ਪਿਆਰਿਆਂ ਦਾ ਗ੍ਰੰਥੀ ਸਿੰਘ ਸਾਹਿਬ ਸੇਵਾਦਾਰ ਸੋ ਜਿੰਨੀਆਂ ਵੀ ਸੰਗਤਾਂ ਨੇ ਨਾਮ ਗਿਣਿਆ ਨਾ ਤੇ ਮੈਨੂੰ ਸਾਰਿਆਂ ਦੇ ਨਾਮ ਪਤਾ ਹੈ ਤੇ ਨਾ ਹੀ ਨਾਮ ਗਿਣੇ ਜਾ ਸਕਦੇ ਨੇ ਇਸ ਲਈ ਆਪ ਜੀ ਨੇ ਪ੍ਰਵਾਨ ਕਰਨਾ ਅਸੀਸ ਬਖਸ਼ਿਸ਼ ਕਰੋ ਜੀ ਦੇਹੋ ਸੱਜਣ ਅਸੀਸਰੀਆਂ ਜਿਉਂ ਹੋ ਗਏ ਸਹਿਬ ਸਿਓ ਮੇਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ ਬੰਦੇ ਪਾਸੋਂ
ਕਥਾ ਵਿਚਾਰਾਂ ਸ਼ਰਵਣ ਕੀਤੀਆਂ ਨੇ ਸੋ ਪਰੰਤ ਕਮੇਟੀ ਵੱਲੋਂ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਹੁਣ ਇਹ ਕੁਝ ਚਿਰ ਪਹਿਲਾਂ ਕਨੇਡਾ ਤੋਂ ਆਏ ਨੇ ਸਿੱਖੀ ਦਾ ਪ੍ਰਚਾਰ ਕਰਕੇ ਢਾਡੀ ਮਨਜੀਤ ਸਿੰਘ ਜੀ ਵੀ ਕਾਫ਼ੀ ਸਮਾਂ ਕਨੇਡਾ ਦੇ ਵਿੱਚ ਪ੍ਰਚਾਰ ਕਰਕੇ ਆਏ ਨੇ ਫੇਸਬੁੱਕ ਤੇ ਅਕਸਰ ਦਰਸ਼ਨ ਹੁੰਦੇ ਰਹਿੰਦੇ ਸੀ ਇਹਨਾਂ ਦੇ ਹੁਣ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਵਰਨ ਸਿੰਘ ਜੀ ਅਤੇ ਨਾਲ ਪੈਸ਼ ਪ੍ਰਧਾਨ ਤਜਿੰਦਰ ਸਿੰਘ ਵੀਰ ਜੀ ਅਤੇ ਹੋਰ ਬੇਨਤੀ ਹੈ ਕਿ ਉਹ ਸੰਤਾਂ ਨੂੰ ਆ ਕੇ ਗੁਰੂ ਘਰ ਵੱਲੋਂ ਸਿਰਪਾਓ ਦੇਣ ਸਤਿਕਾਰ ਕਰਨ ਦੀ ਬਾਬਾ ਜੀ ਨੂੰ ਬੇਨਤੀ ਹੈ ਅਤੇ ਆ ਕਰਕੇ ਸਤਿਗੁਰਾਂ ਦਾ ਸਤਿਕਾਰ ਗੁਰਦੁਆਰਾ ਸਾਹਿਬ ਦੇ ਕਮੇਟੀ ਵੱਲੋਂ ਪ੍ਰਾਪਤ ਕਰਨ ਦੀ ਸੋ ਦਿਹਾਂਤ ਸਤਿ ਸ੍ਰੀ ਅਕਾਲ ਜੀ ਇਸ ਸਾਡੇ ਪ੍ਰੋਗਰਾਮ ਦੀ ਲੈਵ ਸੇਵਾ ਕੀਤੀ ਹੈ ਜਦੋਂ ਤੁਰਪੇ ਹੋ ਜਾਣੇ ਦੋ ਮਿੰਟਾਂ ਦੇ ਵਿੱਚ ਸਾਰੀ ਸਵਾਗਤੀ ਕਰਦੇ ਨੇ ਸਤਸੰਗ ਜੀ ਮਨਿੰਦਰ ਸਿੰਘ ਜੀ ਇਹਨਾਂ ਨੇ ਆਪਣਾ ਨਵਾਂ ਟੈਬ ਇਹ ਚੈਨਲ ਸ਼ੁਰੂ ਕੀਤਾ ਹੈ ਵੀਰ ਜੀ ਲੈਵ ਚੈਨਲ ਅੱਜ ਪਹਿਲੇ ਦਿਨ ਤੋਂ ਸ਼ੁਰੂ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਇਸ ਪ੍ਰਕਾਸ਼ ਪੁਰਬ ਤੇ ਅੱਜ ਇਹਨਾਂ ਸੇਵਾ ਕੀਤੀ ਹੈ ਇਹਨੂੰ ਵੀ ਸਤਿਕਾਰ ਦੇਣਾ ਹੈ ਸਿਰਪਾਓ ਸੋ ਬੇਨਤੀ ਹੈ ਕਿ ਇਹਨੂੰ ਵੀ ਬੇਨਤੀ ਹੈ ਕਿ ਸਿਰਪਾਓ ਪ੍ਰਾਪਤ ਕਰ ਲੈਣ ਮਨਿੰਦਰ ਸਿੰਘ ਜੀ ਇਹਨਾਂ ਦੇ ਚੈਨਲ ਨੂੰ ਵੀ ਸੇਵਾ ਕਰਨ ਦੇ ਮਹਾਰਾਜ ਮਨ ਬਖਸ਼ਿਸ਼ ਕਰਨ ਨਾਲ ਜਥੇ ਦੇ ਸਿੰਘ ਆਏ ਨੇ ਉਹਨਾਂ ਨੂੰ ਵੀ ਸਤਿਕਾਰ ਦਿੱਤਾ ਜਾਵੇਗਾ ਜਥੇ ਦੇ ਸਿੰਘ ਆਏ ਨੇ ਬਾਬਾ ਜੀ ਦੇ ਨਾਲ ਉਹਨਾਂ ਦੇ ਸਪੁੱਤਰ ਨੇ ਸਿਮਰਨਜੋਤ ਸਿੰਘ ਜੀ ਨਾਲ ਗੁਰਕੀਰ ਸਿੰਘ ਜੀ ਤੁਹਾਡੀ ਤੁਹਾਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਸਤਿਕਾਰ ਪ੍ਰਾਪਤ ਕਰ ਲੈਣ ਬੋਲੇ ਸੋ ਨਿਹਾਲ ਪਰਮਜੀਤ ਸਿੰਘ ਜੀ ਸਮਾਨ ਦੇ ਨਾਲ ਜਥੇ ਦੇ ਸਿੰਘਾਂ ਨੂੰ ਬੇਨਤੀ ਕਿ ਕਿਉਂਕਿ ਸਮਾਂ ਹੋ ਚੁੱਕਾ ਹੈ ਜਲਦੀ ਸਮਾਪਤੀ ਕਰੀਏ ਸੰਗਤਾਂ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਨਤੀ ਹੈ ਭਾਈ ਸੁਰਾ ਸੰਗਤਾਂ ਦੇ ਦਰਮਿਆਨ ਕਿ ਕੱਲ੍ਹ ਨੂੰ ਸੰਗਰਾਮ ਦਾ ਦਿਹਾੜਾ ਹੈ ਕੱਲ੍ਹ ਨੂੰ ਇਸੇ ਤਰ੍ਹਾਂ 1 ਵਜੇ ਤੱਕ ਦੀਵਾਨ ਸਜਣਗੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਾਂ ਵੀ ਚੱਲ ਰਹੇ ਨੇ ਅੱਪੜ ਹਾਲ ਦੇ ਵਿੱਚ ਭੋਗ ਪਾਏ ਜਾਣਗੇ ਫਿਰ 10 ਵਜੇ ਉਸ ਤੋਂ ਬਾਅਦ 1 ਵਜੇ ਤੱਕ ਬਾਅਦ ਤੋਂ ਲੈ ਕੇ 1 ਵਜੇ ਦਾ ਕੀਰਤਨ ਹੋਵੇਗਾ ਗੁਰੂ ਘਰ ਲੰਗਰ ਧੁੜ ਵਰਤੇਗਾ ਸਭ ਸੰਗਤਾਂ ਨੇ ਇਸ ਤਰ੍ਹਾਂ ਕਰਕੇ ਹਾੜੀਆਂ ਭਰਨੀਆਂ ਨੇ ਇੱਕ ਸਮਾਂ ਬਖਸ਼ਿਆ ਮਹਾਰਾਜ ਨੇ ਗੁਰਦੁਆਰਾ ਸਾਹਿਬ ਕਮੇਟੀ ਦੇ ਵੱਲੋਂ ਸਾਨੂੰ 2004 ਦੇ ਵਿੱਚ ਮਹਾਰਾਜਾ ਜਾਪਸਾਲਾ ਗੁਰਪੁਰਬ ਮਨਾਇਆ ਸੀ ਸੰਗਤ ਵਾਸਤੇ ਭੇਜਿਆ ਸੀ ਟਰੱਕ ਲੈ ਕੇ ਇਸਦੇ ਬਾਰੇ ਵੀ ਬੇਨਤੀ ਹੈ ਕਿ ਕੱਲ੍ਹ ਨੂੰ ਯਾਤਰਾ ਨੇ ਜਾਣਾ ਹੈ ਰਾਤ ਨੂੰ 9 ਵਜੇ ਇੱਥੇ ਬੱਸ ਜਾਵੇਗੀ ਸੋ ਬੇਨਤੀ ਹੈ ਕਿ ਜੋ ਆਪ ਜੀ ਨੇ ਉਹ ਕਰਾ ਕੇ ਕੱਲ੍ਹ ਨੂੰ ਜਿਹੜਾ ਜਾਣਾ ਹੈ 9 ਵਜੇ ਪ੍ਰੋਗਰਾਮ ਹੈ ਰਾਤ ਨੂੰ ਤੁਰਨ ਦਾ ਧੜਕੇ ਨੂੰ ਅੰਮ੍ਰਿਤਗੜ੍ਹ ਦਰਬਾਰ ਸਾਹਿਬ ਅਤੇ ਸੋਮਵਾਰ ਨੂੰ ਸ਼ਾਮ ਨੂੰ ਵਾਪਸੀ ਹੈ ਉਸ ਤਰ੍ਹਾਂ ਜਿਹੜਾ ਜਾਣਾ ਹੋਵੇ ਭਾਈ ਉਹ ਜ਼ਰੂਰ ਸੰਪਰਕ ਕਰਨ ਦੀ ਹੁਣ ਬੇਨਤੀ ਹੈ ਗ੍ਰੰਥ ਸਾਹਿਬ ਜੀ ਨੇ ਇੱਥੇ ਹੁਣ ਇੱਕ ਬੇਨਤੀ ਹੈ ਜੀ ਕੀਰਤਨ ਦਰਬਾਰ ਹੋ ਗਿਆ 17ਵਾਂ ਮਹਾਨ ਕੀਰਤ ਪਾਵਨ ਕਲੋਨੀ ਰੋਪੜ ਵਿਖੇ ਹੋ ਰਿਹਾ ਹੈ ਬੇਨਤੀ 21 ਅਕਤੂਬਰ ਨੂੰ ਜਿਹਨੂੰ ਸ਼ਨੀਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਪਾਵਨ ਕਲੋਨੀ ਰੋਪੜ ਵਿਖੇ ਸਮਾਗਮ ਹੋ ਰਹੇ ਨੇ ਸਾਲਾਨਾ ਸਮਾਗਮ ਹੁੰਦੇ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਇਹਦੇ ਵਿੱਚ ਦਰਬਾਰ ਸਾਹਿਬ ਤੋਂ ਭਾਈ ਗੁਰਦੇਵ ਸਿੰਘ ਜੀ ਪਹਾੜ ਦਾ ਦਰਬਾਰ ਸਾਹਿਬ ਜਿੱਥੇ ਨੇ ਭਾਈ ਹਰਜੋਤ ਸਿੰਘ ਜੀ ਜਖਮੀ ਭਾਈ ਜਮਨੀਤ ਸਿੰਘ ਜੀ ਬਬੀਹਾ ਭਾਈ ਪਰਮਜੀਤ ਸਿੰਘ ਖਾਲਸਾ ਕਥਾ ਵਾਚਕ ਨਾਲ ਪ੍ਰਸੇਖ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ ਪਾਵਨ ਰੋਪੜ ਵਿਖੇ 17ਵਾਂ ਮਹਾਨ ਕੀਰਤਨ ਦਰਬਾਰ 21 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਬਾਅਦ ਤੱਕ ਹੋ ਰਿਹਾ ਹੈ ਸੋ ਸੰਗਤਾਂ ਲਈ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨ ਸਿੰਘ ਦੇ ਪਾਠ ਸਰਵਣ ਕਰੀਏ ਅਰਦਾਸਾਂ ਵਿੱਚ ਹੁਣ ਹੁਕਮਨਾਮੇ ਤੋਂ ਬਾਅਦ ਸਾਨੂੰ ਦੇਖਾ ਲੈ ਕੇ ਗੁਰੂ ਗ੍ਰੰਥ ਪ੍ਰਸ਼ਾਦ ਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਜ ਰਤਨ ਪਰਿਵਾਰ ਭਰੀਆਂ ਸ਼ਬਦ ਦਾ ਬਣਿਆਈਆਂ ਸਭ ਦੋਤਾਂ ਦਾ ਹਰੀ ਕੇ ਰਾਮਨ ਜੀ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰ ਨਾਲ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰ ਨਾ ਸਭਨਾ ਗੁਰਨਾ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ ਕਰਤਾ ਤੇਰਾ ਸਭ ਕਿਛੈ ਜਿਹਦੇ ਹੇ ਸੋ ਪਾਵੇ ਸਦਾ ਸਿਫਤ ਰਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨੈ ਵਸਿਆ ਜਿਨ ਇੱਛਾ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿੰਦੀਆਂ ਵੜਿਆਈਆਂ ਕਹਿ ਨਾਨਕ ਸੋਹੋ ਸੰਤੋ ਸ਼ਬਦ ਧਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਭਰਸ ਭਾਗੈ ਘਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਨ ਪਾਇਆ ਤੁਰ ਜਿਨ ਕਉ ਸੇ ਨਾਮ ਹੱਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਆਨੰਦ ਵਾਜੇ ਆਨੰਦ ਸੁਣੋੜ ਬਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਿਤੇ ਗੁਰਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਘਰ ਪੂਰੇ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵੜ ਗੁਰੂ ਪਾਣੀ ਪਿਤਾ ਦੋਏਦਾਰੀ ਦਾਇਆ ਖੇਲੈ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਪਿਆਰਿਆ ਗਏ ਮਸਖਤ ਕਾਰ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤਿਆ ਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੂੰ ਠਾਕੁਰ ਤੂੰ ਪਹਿਰ ਭਗਵੰਤ ਸਗਲ ਸਮਗਰੀ ਤੁਮਰੇ ਸੁਤਰ ਧਾਰੀ ਤੁਮ ਤੇ ਹੋਏ ਤੂੰ ਆਗਿਆ ਤੁਮਰੀ ਦੱਤ ਮਿਤ ਤੁਮੇ ਜਾਨੀ ਨਾਨਕ ਦਾਸ ਤੁਰਿਆ ਗੇ ਹਰ ਦਾਸ ਹਮਾਰੀ ਜੀਓ ਪਿੰਡ ਸਾਹੋ ਕਹ ਨਾਨਕ ਸਾਹ ਤੇਰੀ ਵੜਿਆਈ ਕੋਈ ਨਾ ਜਾਣੈ ਮੇਰਾ ਮੁਰਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬ੍ਰਹਮ ਗੁਰੂ ਤੇ ਅਮਰਦਾਸ
ਵਸਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਲਿਆਈਏ ਨਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਘਰ ਨੌਲਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸ਼ਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸ਼ਮ ਪਾਤਸ਼ਾਹਾਂ ਜੀ ਦੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਜਹੋ ਸਾਹਿਬਜ਼ਾਦਿਆਂ ਜਾਲੀਆਂ ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਵੰਡ ਡਿੱਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੰਘ ਦਿੱਤੇ ਬੰਦ ਬੰਦ ਕਟਾਏ ਕੁੱਪਣੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਫੇਸਾਂ ਦਾਸਾਂ ਸਗਨੇ ਵਾਹੀ ਸਬੂਹ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾ ਉਲਕਾ ਸਰਕਾਰ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਏ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਲ ਦਾਨ ਪ੍ਰਸਾਦ ਦਾਨ ਦਾਨਾ ਸੰਤਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੋਗੇ ਜੁਗੋ ਜੁਗ ਅਟਲ ਧਰਮ ਕਾ ਜੈ ਬਾਦ ਹੋਵੇ ਬੋਲੋ ਜੀ ਆਪ ਜੀ ਕੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਅਕਾਲ ਪੁਰਖ ਵਾਹਿਗੁਰੂ ਜੀ ਇਹ ਨਿਮਾਣਿਆਂ ਦੇ ਮਾਣੇ ਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਆਪ ਜੀਆਂ ਦੇ ਸਤਿਗੁਰੂ ਜੀ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਭੋਗ ਪੈਣ ਤੋਂ ਉਪਰੰਤ ਆਪ ਜੀ ਦੀ ਹਜ਼ੂਰੀ ਅੰਦਰ ਰੱਬੀ ਗੁਰਬਾਣੀ ਦੇ ਹਰ ਜਸ ਕੀਰਤਨ ਹੋਏ ਨੇ ਜਸ਼ਨ ਹਾਜ਼ਰੀ ਭਰੀ ਹੈ ਗੁਰਬਾਣ ਨੇ ਕਿਹਾ ਕਿ ਕਥਾ ਵਿਚਾਰਾਂ ਹੋਈਆਂ ਨੇ ਸੇਵਾ ਨਿਭਾਉਂਦੇ ਕੀ ਜਦ ਗੋਆਂ ਦੇ ਕਥਾ ਵਿਚਾਰਾਂ ਕਰ ਰਹੇ ਕੋਲ ਹੋਈਆਂ ਭੁੱਲਾਂ ਚੁੱਪਾਂ ਨੂੰ ਕਿਵਾਂ ਕਰਨੀ ਅੱਗੋਂ ਵਾਸਤੇ ਸ਼ੁੱਧ ਕਰ ਗੁਰਬਾਣ ਨੇ ਜਸ਼ਨ ਕੀਰਤਨ ਕਰਨ ਦੇ ਕਥਾ ਵਿਚਾਰ ਕਰ ਕੀਰਤਨ ਦਾ ਮਹਾਤਮ ਕਥਾ ਵਿਚਾਰਾਂ ਦਾ ਮਹਾਤਮ ਭਾਵ ਆਈਆਂ ਹੋਈਆਂ ਸਮੂਹ ਸੰਗਤਾਂ ਦੇ ਦਰਜਿਆਂ ਦੇ ਲਗਾਉਣਾ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤੱਕ ਪ੍ਰਵਾਨ ਕਰਨੀਆਂ ਜੀ ਚੱਲਿਆ ਹੋਇਆ ਕਦਮ ਕਦਮ ਦੇਖੇ ਚਲਾਉਣਾ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਖਜਾਨੇ ਭਰਪੂਰ ਕਾਲ ਭਰਪੂਰ ਕਰਨ ਨਾਮ ਭਰੋ ਸਭਨਾਂ ਨੂੰ ਸਿੱਖੀ ਨਾਮ ਉਦਾਨ ਦਰਸਾਂ ਰੱਖਣੀਆਂ ਪਰਿਵਾਰਾਂ ਵਿੱਚ ਸੁੱਖਾਂ ਦੀ ਸਾਉਣੀ ਕਾਲ ਰਾਖਾਂ ਦੇ ਮਾਰਾ ਸੰਗਤਾਂ ਦੀਆਂ ਸੇਵਾਵਾਂ ਕੀਤੀਆਂ ਨੇ ਦੇਖ ਪਰਿਵਾਰ ਚ ਲੱਗਦਾ ਪ੍ਰਵਾਨ ਕਰਨੀਆਂ ਜੀ ਦੇਖ ਪਰਿਵਾਰ ਦੇ ਵੱਲੋਂ ਆਪ ਜੀ ਨਾਮ ਜਾਣਦੇ ਹੋ ਮਹਾਰਾਜ ਸੇਵਾ ਫਿਰ ਸੇਵਾ ਹੁਕਮਨਾਮੇ ਲੱਗ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਜੀ ਹੁਕਮਨਾਮਿਆਂ ਤੇ ਜਪਦੀ ਸਮਰੱਥਾ ਬਖਸ਼ੋ ਜੋ ਆਪ ਜੀ ਦੇ ਦਰ ਤੇ ਆਵੇ ਸੁਰਾਜੀ ਜਾਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਨਾ ਹੀ ਬੰਦ ਹੋਣ ਨਾਨਕ ਨਾਮ ਕੱਢੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵਾਹਿਗੁਰੂ ਜੀ ਤੁਰਕੀ ਬਾਣੀ ਆਈ ਪੁਰਖ ਮਿਹਰਬਾਨਾ ਹਰ ਨਾਨਕ ਸਾਧ ਦੁਖਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ
ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਕਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਪਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਪਿਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਿਨਾਸੀ ਤਾ ਕੋ ਵਿਘਨ ਨਾ ਪਉ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਟ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈ ਜਿਨ ਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਟ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਅਲੱਗ ਅਲੱਗ ਵਧਾਈਆਂ ਹੋਣ ਮੁਬਾਰਕਾਂ ਹੋਣ ਜੀ ਅੱਜ ਦੇ ਸਮਾਗਮ ਦੀ ਸਮਾਪਤੀ ਹੈ ਸੇਵਾਦਾਰ ਨੂੰ ਬੇਨਤੀ ਹੈ ਕਿ ਕੜਾ ਪ੍ਰਸ਼ਾਦ ਦੀ ਦੇਗ ਸੰਗਤਾਂ ਦੇ ਵਿੱਚ ਵਰਤਾਉਣ ਦੀ ਕਿਰਪਾਲਤਾ ਕਰੋ ਜੀ ਅਤੇ ਬੇਨਤੀ ਹੈ ਭਾਈ ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਹੈ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਹੋਏ ਵੇ ਲੱਪੜ 10 ਵਜੇ ਦੇ ਕਰੀਬ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਰੱਬੀ ਗੁਰਬਾਣੀ ਦਾ ਦੁਪਹਿਰ 1 ਵਜੇ ਦਾ ਕੀਰਤਨ ਜਾਸ ਹੋਵੇਗਾ ਗੁਰੂ ਕਾ